ਕਿਸੇ ਦੀ ਰਫਤਾਰ ਗੁਫਤਾਰ ਤੇ ਦਸਤਾਰ ਜੀ ਇਹ ਤਿੰਨ ਚੀਜ਼ਾਂ ਜਿਹੜੀਆਂ ਸਾਨੂੰ ਸੰਸਾਰ ਦੇ ਨਾਲੋਂ ਵਿਲੱਖਣ ਤੇ ਵਿਸ਼ੇਸ਼ ਦਰਸਾਉਂਦੀਆਂ ਔਰ ਸਾਡੀਆਂ ਇਹ ਤਿੰਨੇ ਹੀ ਬਾਕੀ ਧਰਮਾਂ ਨਾਲੋਂ ਬਾਕੀ ਕੌਮਾਂ ਦੇ ਨਾਲੋਂ ਵੱਖਰੀਆਂ ਸਿੰਘ ਨਿਹੰਗ ਤੇ ਭਜੰਗ ਸਿੰਘ ਨਾਮ ਸ਼ੇਰ ਦਾ ਹੈ ਇਹ ਨਿਹੰਗ फारसी ਦਾ ਸ਼ਬਦ ਹੈ ਫਾਰਸੀ ਦੇ ਵਿੱਚ ਮਗਰਮਸ਼ ਨੂੰ ਨਿਹਾਂ ਕਿੰਦੇ ਭੁਜੰਗ ਇਹਨਾਂ ਦੇ ਬੱਚੇ ਛੋਟੇ ਛੋਟੇ ਇਹ ਭੁਜੰਗ ਹੁੰਦੇ ਭੁਜੰਗ ਸੱਪ ਨੂੰ ਆਖਿਆ ਜਾਂਦਾ ਹੈ ਸੱਪ ਨੂੰ ਹਾਂ ਜੀ ਹਾਂ ਜਿਹੜਾ ਇਤਿਹਾਸ ਲਿਖਿਆ ਹੋਇਆ ਨਾ ਸਾਡੇ ਪ੍ਰਾਤਨ ਗ੍ਰੰਥਾਂ ਦੇ ਵਿੱਚ ਭਾਈ ਸਾਹਿਬ ਉਹਨਾਂ ਨੇ ਨਹੀਂ ਮੰਨਣਾ ਹੂੰ ਉਹਨਾਂ ਨੇ ਆਖਣਾ ਵੀ ਉਹ ਕਿਹੋ ਜਿਹੇ ਹੋਣਗੇ ਜਿਹੜੇ ਏਡੀਆਂ ਏਡੀਆਂ ਦਸਤਾਰਾਂ ਸਿਰਾਂ ਤੇ ਸਜਾਉਂਦੇ ਸੀ ਜਿਹੜੇ ਚਟੰਗੇ ਝਟਕਾ ਝਟਕਾ ਕੇ ਜੰਗਲਾਂ ਬੇਲਿਆਂ ਦੇ ਵਿੱਚ ਜਦੋਂ ਮਿਲਦਾ ਕੋਈ ਨਹੀਂ ਸੀ ਛਕ ਜਾਂਦੇ ਸੀ ਉਹ ਕਿਵੇਂ ਛਕ ਜਾਂਦੇ ਸੀ ਕਿਵੇਂ ਵਾਰ ਕਰਦੇ ਸੀ ਕਿਵੇਂ ਇੰਨਾ ਇੰਨਾ ਲੋਹਾ ਸ਼ਸਤਰ ਆਪਣੇ ਕੋਲੇ ਚੁੱਕੀ ਫਿਰਦੇ ਸੀ ਕਿਵੇਂ ਘੋੜਿਆਂ ਤੇ ਰਹਿੰਦੇ ਸੀ ਤੰਬੂ ਕਿਵੇਂ ਲਾਉਂਦੇ ਸੀ ਉਹਨਾਂ ਕਹਣਾ ਵੀ ਅਸੀਂ ਨਹੀਂ ਮੰਨਦੇ ਉਹ ਕਿਹੋ ਜੇ ਜੇ ਪੰਥਕ ਰਹਿਣੀ ਦਾ ਸਬੂਤ ਆਪਾਂ ਕੋਈ ਦੇ ਸਕਦੇ ਹੋ ਨਾ ਕੌਮ ਅੰਦਰ ਜੀ ਸੰਸਾਰ ਅੰਦਰ ਤੇ ਉਹ ਨਿਆਂਗ ਸਿੰਘਾਂ ਦੀ ਇਹ ਜਿਹੜੀ ਮਰਿਆਦਾ ਹੈ ਇਹਦੇ ਵਿੱਚੋਂ ਹੀ ਪਾਇਆ ਜਾ ਸਕਦਾ ਹਾਂ ਜੀ ਮੀਰੀ ਸੰਸਾਰ ਦੀ ਪਾਤਸ਼ਾਹੀ ਤੇ ਪੀਰੀ ਨਰੰਗਾਰ ਦੀ ਪਾਤਸ਼ਾਹੀ ਕਲਗੀਧਰ ਪਾਤਸ਼ਾਹ ਨੇ ਵੀ ਇਹ ਸ਼ਬਦ ਵਰਤੇ ਨੇ ਜਦੋਂ ਹੁਕਮ 52 ਹੁਕਮ ਆਪਾਂ ਪੜ੍ਹਦੇ ਆਂ ਜਿਹੜੇ ਨਦੇੜ ਦੇ ਵਿੱਚ ਗੁਰਦੇਵ ਨੇ ਕੀਤੇ ਉਹਦੇ ਵਿੱਚ ਇੱਕ ਹੁਕਮ ਮਹਾਰਾਜ ਦਾ ਇਹ ਵੀ ਹੈ ਵੀ ਗੁਰੂ ਕੇ ਸਿਖਾਣੇ ਰਾਜਨੀਤੀ ਵੀ ਪੜਨੀ ਕਿਉਂਕਿ ਰਾਜ ਬਿਨਾਂ ਨਾ ਧਰਮ ਚੱਲੇ ਹੈ ਧਰਮ ਬਿਨਾਂ ਸਭ ਦਲੈ ਮਲੈ ਰਾਜੇ ਲੋਕ ਸਨ ਜੀ ਉਹ ਆਗਿਆ ਨਹੀਂ ਸੀ ਦਿੰਦੇ ਮੁਕਤ ਸਜਾਉਣ ਦੀ ਇਹ ਇਹ ਸਿਰਾਂ ਦੇ ਤਾਜ ਕਲਗੀਧਰ ਪਾਤਸ਼ਾਹ ਨੇ ਗੁਰੂ ਕੇ ਸਿੱਖਾਂ ਨੂੰ ਬਖਸ਼ਿਸ਼ ਕੀਤੇ ਤੇ ਇਹ ਜਦੋਂ ਅੰਗਰੇਜ਼ ਰਾਜ ਆਇਆ ਜਿਹੜੀ ਦਸਤਾਰ ਤੁਸੀਂ ਸਜਾਈ ਹੈ ਨਾ ਇਹਨੂੰ ਸੋ 50 ਵਾਲੀ ਦਸਤਾਰ ਨੂੰ ਜਾਣਾ 50 50 50 ਅੱਧੀ 100% ਨਾਲ ਸਾਰਾ ਜੀ ਬਈ ਅੱਧੀ ਦਸਤਾਰ ਜਿਹੜੇ ਸਜਾਉਂਦੇ ਸੀ ਉਹ ਮਾਰਾਂ ਤੋਂ ਵੱਜ ਜਾਂਦੇ ਸੀ ਗੁਰੂ ਕੇ ਖਾਲਸੇ ਕੋਈ ਪਰਵਾਹ ਨਹੀਂ ਸੀ ਕਰਦੇ ਇਸੇ ਤਰ੍ਹਾਂ ਦਸਤਾਰ ਸਜਾ ਕੇ ਰੱਖਦੇ ਸੀ ਇਹ ਨਿਹੰਗ ਸਿੰਘ ਫੌਜਾਂ ਸਾਜੀਆਂ ਨਿਹੰਗ ਹੂੰ ਇਹ ਦੋਹਾਂ ਸ਼ਬਦਾਂ ਦੀ ਸੰਧੀ ਹੈ ਨੇ ਪਲੱਸ ਹੰਗ ਨੇ ਨਾਮਾਚਕ ਸ਼ਬਦ ਹੈ ਤੇ ਹੰਗ ਹੰਗਤਾ ਹੰਕਾਰ ਆਵ ਹੰਕਾਰ ਤੋਂ ਰਹਿਤ ਹੂੰ ਜਿਹਦੇ ਅੰਦਰ ਸੋ ਜਾਤੀ ਦਾ ਰੂਪ ਦਾ ਧਨ ਦੌਲਤ ਦਾ ਕਿਸੇ ਤਰ੍ਹਾਂ ਦਾ ਵੀ ਕੋਈ ਹੰਕਾਰ ਨਾ ਹੋਵੇ ਉਹ ਨਿਹੰਗ ਸਿੰਘ ਅਖਵਾਉਂਦਾ ਹੈ ਹੂੰ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸੁਰਖਾਵ ਟੀਵੀ ਸਿੱਖ ਕੌਮ ਦੁਨੀਆ ਦੇ ਵਿੱਚ ਇੱਕ ਵੱਖਰੀ ਕੌਮ ਮੰਨੀ ਜਾਂਦੀ ਹੈ ਕਲਗੀ ਧਰ ਦਸ਼ਮੇਸ਼ ਪਿਤਾ ਨੇ ਇਸ ਕੌਮ ਨੂੰ ਦੁਨੀਆ ਦੇ ਵਿੱਚ ਵੱਖਰਾ ਦਰਜਾ ਦਿੱਤਾ ਹੈ ਵੈਸੇ ਤਾਂ ਸਿੱਖੀ ਸਦਾਤ ਜਿਹੜਾ ਧੰਗ ਗੁਰੂ ਨਾਨਕ ਸਾਹਿਬ ਤੋਂ ਹੀ ਆਰੰਭ ਹੋ ਜਾਂਦਾ ਹੈ ਪਰ ਜਿਹੜੇ ਇੱਕ ਅਲੱਗ ਕੌਮ ਦਾ ਦਰਜਾ ਜਿਹੜਾ ਦਸ਼ਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ 1699 ਦੀ ਵਿਸਾਖੀ ਵਾਲੇ ਦਿਨ ਤੋਂ ਦਿੱਤਾ ਸਿੱਖ ਕੌਮ ਇੱਕ ਵੱਖਰੀ ਕੌਮ ਕਿਵੇਂ ਹੈ ਆਓ ਇਸ ਮੁੱਦੇ ਤੇ ਗੱਲਬਾਤ ਕਰਦੇ ਆ ਸਾਡੇ ਨਾਲ ਅੱਜ ਮੌਜੂਦ ਨੇ ਸਿੱਖ ਧਰਮ ਦੇ ਪ੍ਰਚਾਰਕ ਨੇ ਕਬੀਸ਼ਰ ਸਹਿਬਾਨ ਸਰਦਾਰ ਗੁਰਜੰਟ ਸਿੰਘ ਜੀ ਬੈਂਕਾ ਆਓ ਇਹਨਾਂ ਦੇ ਨਾਲ ਫਤਿਹ ਦੀ ਸਾਂਝ ਪਾਉਨੇ ਤੇ ਕਰਦੇ ਆ ਗੱਲਾਂ ਬਾਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂ ਜੀ ਪਿਆਰਿਓ ਸਭ ਤੋਂ ਪਹਿਲਾ ਸਵਾਲ ਇਹੀ ਬਣਦਾ ਹੈ ਕਿ ਸਿੱਖ ਕੌਮ ਦੁਨੀਆ ਦੇ ਵਿੱਚ ਵੱਖਰੀ ਕੌਮ ਮੰਨੀ ਜਾਂਦੀ ਹੈ ਤੇ ਕਿਉਂ ਮੰਨੀ ਜਾਂਦੀ ਹੈ ਵੇਖੋ ਜੀ ਆਦ ਕਾਲ ਤੋਂ ਹੀ ਸਤਿ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਮੇਂ ਤੋਂ ਹੀ ਜੀ ਇਹ ਜਿਹੜਾ ਸਿੱਖ ਕੌਮ ਦਾ ਇੱਕ ਵੱਖਰਾ ਹੋਣ ਦਾ ਜਿਹੜਾ ਦਰਜਾ ਹੈ ਨਾ ਹੂੰ ਇਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਿਹੜੇ ਸਿੱਖ ਕੌਮ ਦੇ ਸਿੱਖ ਧਰਮ ਦੇ ਮੋਢੀ ਆ ਜੀ ਇਹ ਉਦੋਂ ਤੋਂ ਹੀ ਕਾਇਮ ਹੋ ਗਿਆ ਜੀ ਪਹਿਲਾਂ ਵੀ ਅਕਾਲ ਪੁਰਖ ਵਾਹਿਗੁਰੂ ਦੇ ਭੇਜੇ ਕੋਈ ਕਲਾ ਅਵਤਾਰ ਆਏ ਜੀ ਵੱਖ-ਵੱਖ ਯੁੱਗਾਂ ਦੇ ਵਿੱਚ ਜਿਹੜੇ ਜੀ ਕਲਾ ਅਵਤਾਰ ਆਉਂਦੇ ਰਹੇ ਬਿਲਕੁਲ ਪਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਉਹ ਕੋਈ ਕਲਾ ਅਵਤਾਰ ਨਹੀਂ ਸੀ ਨਾ ਉਹਨਾਂ ਦੀਆਂ ਕਲਾ ਗਿਣੀਆਂ ਜਾ ਸਕਦੀਆਂ ਜੀ ਉਹ ਆਪ ਪੂਰਨ ਅਕਾਲ ਪੁਰਖ ਵੈਗੁਰੂ ਦੀ ਜੋਤ ਆਪ ਨਰਾਇਣ ਕਲਾਧਾਰ ਜਗਮਹਿ ਪਰਵਰਿਓ ਇਹ ਕੇਵਲ ਅਸੀਂ ਨਹੀਂ ਹੋਰਨਾ ਧਰਮਾਂ ਦੇ ਜਿਹੜੇ ਧਰਮ ਗ੍ਰੰਥ ਜਿਹੜੇ ਗੁਰੂ ਸਾਹਿਬ ਦੇ ਪਹਿਲਾਂ ਵੀ ਜਿਹੜੇ ਲਿਖੇ ਗਏ ਕਿਉਂਕਿ ਪ੍ਰਗਟ ਭਈ ਸਗਲੇ ਜਗੰਤਰ ਗੁਰੂ ਨਾਨਕ ਕੀ ਵਡਿਆਈ ਜੀ ਇਹ ਸਿੱਖ ਧਾਰਮਿਕ ਵੱਖਰਾ ਧਰਮ ਕਿਵੇਂ ਆ ਕਿਉਂਕਿ ਅਕਾਲ ਪੁਰਖ ਵੈਗੁਰੂ ਨੇ ਆਪ ਚਲਾਇਆ ਸੰਸਾਰ ਤੇ ਆ ਕੀ ਜੀ ਉਹਦੇ ਭੇਜੇ ਹੋਏ ਅਵਤਾਰ ਆਉਂਦੇ ਰਹੇ ਉਹ ਧਰਮਾਂ ਦੀ ਇੱਕ ਮਰਿਆਦਾ ਬਣਦੇ ਰਹੇ ਸੰਸਾਰ ਦੇ ਅੰਦਰ ਆ ਕੇ ਕਿਤੇ ਨਾ ਕਿਤੇ ਉਹ ਜਾਤੀਵਾਦ ਦੇ ਵਿੱਚ ਗਰਸੀ ਹੋਈ ਜਾਂ ਵਰਨਵੰਡ ਦੇ ਵਿੱਚ ਜੀ ਪਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਉਪਦੇਸ਼ ਚੋਂ ਵਰਨਾ ਨੂੰ ਸਾਂਝਾ ਉਪਦੇਸ਼ ਇਸੇ ਕਰਕੇ ਉਹਨਾਂ ਦੀ ਵਡਿਆਈ ਏਡੀ ਵੱਡੀ ਹੈ ਵੀ ਪ੍ਰਗਟ ਪਈ ਸਗਲੇ ਜੋਗੰਤਰ ਗੁਰੂ ਨਾਨਕ ਕੀ ਵਡਿਆਈ ਪਹਿਲਾਂ ਵੀ ਆਪਾਂ ਜਿਵੇਂ ਪੜਦੇ ਯਾਦਾ ਕਰੋ ਤਦਾਂ ਨਾਨਕ ਪਿਖੇ ਪ੍ਰਾਣ ਦੇ ਵਿੱਚ ਕਿੰਨਾ ਸਮਾਂ ਪਹਿਲਾਂ ਗੁਰੂ ਸਾਹਿਬ ਜੀ ਦੇ ਆਉਣ ਤੋਂ ਪਹਿਲਾਂ ਇਹ ਬਚਨ ਲਿਖਿਆ ਗਿਆ ਤਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਜਿਹੜਾ ਫਲਸਫਾ ਸੰਸਾਰ ਦੇ ਅੰਦਰ ਪ੍ਰਚਾਰਿਆ ਉਹ ਇੱਕ ਵੱਖਰਾ ਫਲਸਫਾ ਹੈ ਉਦੋਂ ਵੀ ਜਿਵੇਂ ਇਸਲਾਮ ਧਰਮ ਵਿੱਚ ਚੱਲ ਰਿਹਾ ਸੀ ਸਨਾਤਨ ਧਰਮ ਵਿੱਚ ਸੰਸਾਰ ਤੇ ਚੱਲ ਰਿਹਾ ਸੀ ਜੀ ਜੀ ਪਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਸਮੇਂ ਤੋਂ ਹੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਜਿਹੜਾ ਫਲਸਫਾ ਸਾਨੂੰ ਬਖਸ਼ਿਆ ਨਾ ਤਾਂ ਉਹ ਸਨਾਤਨ ਧਰਮ ਨਾਲ ਮੇਲ ਖਾਂਦਾ ਜੀ ਤੇ ਨਾ ਉਹ ਇਸਲਾਮ ਧਰਮ ਦੇ ਨਾਲ ਮੇਲ ਖਾਂਦਾ ਉਹ ਇੱਕ ਵੱਖਰਾ ਜਿਹਦੇ ਵਿੱਚ ਸਰਬ ਸਾਂਝੀ ਵਾਲਤਾ ਦੀ ਬਾਤ ਸੀ ਜਿਹਦੇ ਵਿੱਚ ਸਿੱਧਾ ਅਕਾਲ ਪੁਰਖ ਵੈਗਰੂ ਦੀ ਪੂਜਾ ਬਿਲਕੁਲ ਪੂਜਾ ਅਕਾਲ ਕੀ ਹੂੰ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਮੂਰਤੀ ਪੂਜਾ ਦਾ ਖੰਡਨ ਕੀਤਾ ਮਹਾਰਾਜ ਸੱਚੇ ਪਾਤਸ਼ਾਹ ਨੇ ਹੋਰ ਵਹਿਮਾਂ ਪਰਮਾਂ ਦਾ ਖੰਡਨ ਕੀਤਾ ਜਨੇਊ ਪਾਉਣ ਤੋਂ ਵੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਅਨਕਾਰੀ ਹੋਏ ਜੀ ਤੋਂ ਕਹਿਣ ਤੋਂ ਭਾਵ ਕਿ ਉਦੋਂ ਹੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਇਹ ਆਪਣੀਆਂ ਸਾਖੀਆਂ ਦੁਆਰਾ ਇਹ ਗੱਲ ਝਾਹਰ ਕਰ ਦਿੱਤੀ ਵੀ ਸਿੱਖ ਇੱਕ ਵੱਖਰੀ ਕੌਮ ਹੈ ਇੱਕ ਵੱਖਰਾ ਧਰਮ ਹੈ ਸੋ ਵੱਖਰਾਪਣ ਕਿਵੇਂ ਝਲਕਦਾ ਹੈ ਕਿਸੇ ਦੀ ਰਫਤਾਰ ਗੁਫਤਾਰ ਤੇ ਦਸਤਾਰ ਜੀ ਇਹ ਤਿੰਨ ਚੀਜ਼ਾਂ ਜਿਹੜੀਆਂ ਸਾਨੂੰ ਸੰਸਾਰ ਦੇ ਨਾਲੋਂ ਵਿਲੱਖਣ ਤੇ ਵਿਸ਼ੇਸ਼ ਦਰਸਾਉਂਦੀਆਂ ਔਰ ਸਾਡੀਆਂ ਇਹ ਤਿੰਨੇ ਹੀ ਬਾਕੀ ਧਰਮਾਂ ਨਾਲੋਂ ਬਾਕੀ ਕੌਮਾਂ ਦੇ ਨਾਲੋਂ ਵੱਖਰੀਆਂ ਹਮ ਰਫਤਾਰ ਗੁਫ਼ਤਾਰ ਤੇ ਦਸਤਾਰ ਤੇ ਦਸਤਾਰ ਅੱਛਾ ਇਹ ਇਹਨਾਂ ਤਿੰਨਾਂ ਚੀਜ਼ਾਂ ਦਾ ਆਪਾਂ ਵੱਖਰਾ ਵੱਖਰਾ ਵਰਣਨ ਕਰਨਾ ਹੋਵੇ ਤੇ ਕਿਵੇਂ ਕਰਾਂਗੇ ਹਾਂ ਰਫਤਾਰ ਚਾਲ ਚੱਲਣ ਦੁਨੀਆਂ ਦੇ ਨਾਲੋਂ ਇਹਦੇ ਵੱਖਰੇ ਰੀਤੀ ਰਿਵਾਜ ਵੱਖਰੀ ਮਰਿਆਦਾ ਵੱਖਰੀਆਂ ਰਵਾਈ ਤਾਂ ਜੀ ਗੁਫ਼ਤਾਰ ਇਹਦੀ ਬੋਲੀ ਵੱਖਰੀ ਹੈ ਜੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਮਹਾਰਾਜ ਗੁਰਦੇਵ ਨੇ ਜਿਹੜੀ ਗੁਰਬਾਣੀ ਰਚੀ ਸਾਡੀ ਤਾਂ ਲਿਪੀ ਹੀ ਗੁਰਮੁਖੀ ਲਿਪੀ ਜਾਣਿਆ ਗੁਰੂ ਦੇ ਮukh ਤੋਂ ਆਚਾਰਨ ਹੋਈ ਸੋ ਜਿਹੜੇ ਹੋਰ ਗ੍ਰੰਥ ਸੰਸਕ੍ਰਿਤ ਦੇ ਵਿੱਚ ਫਾਰਸੀ ਦੇ ਵਿੱਚ ਲਿਖੇ ਗਏ ਸੀ ਵੇਦ ਪ੍ਰਾਨ ਸੰਸਕ੍ਰਿਤ ਦੇ ਵਿੱਚ ਜਿਹਦਾ ਗਿਆਨ ਸਾਰੇ ਆਮ ਲੋਕ ਨਹੀਂ ਸੀ ਲੈ ਸਕਦੇ ਜਿਹੜੇ ਇੱਕ ਵਿਸ਼ੇਸ਼ ਵਿਦਿਆ ਗ੍ਰਹਿਣ ਕਰਦੇ ਸੀ ਕੋਈ ਕਾਂਸੀ ਦੇ ਵਿੱਚ ਬਨਾਰਸ ਦੇ ਵਿੱਚ ਜਾ ਕੇ ਜੀ ਉਹਨਾਂ ਦਾ ਗਿਆਨ ਉਹੀ ਪ੍ਰਾਪਤ ਕਰ ਸਕਦੇ ਸੀ ਜੀ ਉਸ ਤਰ੍ਹਾਂ ਦਸਤਾਰ ਹਾਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹਮ ਮਹਾਰਾਜ ਨੇ ਗੁਰਮੁਖੀ ਉਚਾਰਨ ਕੀਤੀ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਨੇ ਇਸੇ ਫਲਸਫੇ ਨੂੰ ਅੱਗੇ ਤੋਰਿਆ ਛੋਟੇ ਛੋਟੇ ਵਿਦਿਆਰਥੀਆਂ ਨੂੰ ਗੁਰਮੁਖੀ ਪੜਾਉਣੀ ਖਡੂਰ ਸਾਹਿਬ ਅੱਜ ਵੀ ਆਪਾਂ ਦਰਸ਼ਨ ਦਿਦਾਰ ਕਰਦੇ ਹਾਂ ਗੁਰੂ ਸਾਹਿਬ ਦੇ ਆਸਥਾਨ ਜੀ ਉਹ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਬਖਸ਼ੀ ਗੁਫਤਾਰ ਦਾ ਜਿਹੜਾ ਪ੍ਰਚਾਰ ਹੈ ਹਾਂ ਉਹ ਹੋਰ ਵੀ ਪ੍ਰਚੰਡ ਕੀਤਾ ਜਾਣਿਆ ਸਾਨੂੰ ਇੱਕ ਬਹੁਤ ਸੁਖੈਣ ਬੋਲੀ ਬਹੁਤ ਪਿਆਰੀ ਬੋਲੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਗੁਰਮੁਖੀ ਲਿਪੀ ਬਖਸ਼ੀ ਇਸ ਕਰਕੇ ਸਾਡੀ ਕੌਮ ਸਾਡੀ ਇਹ ਸੰਸਾਰ ਦੇ ਵਿੱਚੋਂ ਵਿਲੱਖਣ ਹੈ ਬਾਕੀਆਂ ਨਾਲੋਂ ਵਿਸ਼ੇਸ਼ ਹੈ ਤੇ ਇਸੇ ਤਰ੍ਹਾਂ ਦਸਤਾਰ ਜੀ ਦਸਤਾਰ ਸੋ ਸਮੇਂ-ਸਮੇਂ ਤੇ ਸਰਕਾਰਾਂ ਵੱਲੋਂ ਕਈ پابੰਦੀਆਂ ਲੱਗੀਆਂ ਹੂੰ ਸੋ ਕਿਤੇ ਰਾਗ ਨੂੰ ਗਾਉਣ ਤੇ ਮਨਾਹੀ ਕੀਤੀ ਗਈ ਕਿਤੇ ਜਿਹੜੇ ਵੀ ਮੁਕਟ ਸਜਾਉਂਦੇ ਸੀ ਦੋਰਾ ਉਹ ਇੱਕ ਸਮਰਾਟ ਇੱਕ ਸ਼ਾਹੀ ਮੁਕਤ ਸਜਾਉਣ ਵਾਲੇ ਉਹ ਉਹ ਹੋਰ ਕੋਈ ਵੀ ਰਾਜਾਂ ਦੀ ਆਗਿਆ ਤੋਂ ਬਿਨਾਂ ਮੁਕਤ ਨਹੀਂ ਸੀ ਸਜਾ ਸਕਦਾ ਸੀ ਬਿਲਕੁਲ ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਦਸਤਾਰ ਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਉਪਰੰਤ ਗੁਰੂ ਸਾਹਿਬ ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਦੇ ਉਪਰੰਤ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਹੀ ਜੋਤ ਨੇ 6ਵੇਂ ਜਾਮੇ ਦੇ ਵਿੱਚ ਆ ਕੇ ਸਿੱਖਾਂ ਨੂੰ ਸ਼ਸਤਰਧਾਰੀ ਬਣਾਇਆ ਜੀ ਇਹ ਵੀ ਇੱਕ ਬਲੱਖਣਤਾ ਹੀ ਉਸ ਸਮੇਂ ਕਿਉਂਕਿ ਹੋਰ ਕਿਸੇ ਨੂੰ ਵੀ ਆਗਿਆ ਨਹੀਂ ਸੀ ਵੀ ਇਸ ਤਰ੍ਹਾਂ ਨਗਾਰਿਆਂ ਤੇ ਛੋਟਾਂ ਲਾਉਣ ਦੀ ਫੌਜਾਂ ਸਾਜਣ ਦੀ ਸੋ ਅਸੀਂ ਵੱਖਰੇ ਸਾਡੇ ਗੁਰੂ ਸਾਹਿਬਾਨਾਂ ਨੇ ਤਖਤ ਸਾਜੇ ਸੋ ਸਮੇਂ ਦੀ ਕਿਸੇ ਵੀ ਹਕੂਮਤ ਨੂੰ ਆਪਣੇ ਸਿਰ ਤੇ ਨਹੀਂ ਮੰਨਿਆ ਆਪਣਾ ਇੱਕ ਰਾਜ ਪ੍ਰਬੰਧ ਕਾਇਮ ਕੀਤਾ ਸਾਡੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਸੋ ਇਸ ਕਰਕੇ ਇਹ ਸਾਡੀ ਜਿਹੜੀ ਕੌਮ ਹੈ ਇੱਕ ਵੱਖਰੀ ਕੌਮ ਹੈ अच्छा इस ਤੋਂ ਬਾਅਦ ਆ ਜਾਂਦੀ ਏ ਗੱਲ ਕਿ ਜਿਹੜਾ ਬੰਦਾ ਬਾਣੀ ਤੇ ਬਾਣੇ ਦਾ ਧਾਰਨੀ ਹੋ ਜਾਂਦਾ ਜਿਸ ਤਰ੍ਹਾਂ ਹੁਣ ਤੁਸੀਂ ਨਿਹੰਗ ਸਿੰਘ ਬਾਣਾ ਪਾਉਣਦੇ ਹੋ ਚੋਲਾ ਪਾਉਣਦੇ ਹੋ ਕੁਸ਼ਹਿਰਾ ਪਾਉਣਦੇ ਹੋ ਜਸਤਾਰ ਸਜਾਉਂਦੇ ਹੋ ਇੱਕ ਸ਼ਬਦ ਦਿੱਤਾ ਮਾਰੇ ਨੇ ਨਿਹੰਗ ਸਿੰਘ ਇਹ ਨਿਹੰਗ ਸਿੰਘ ਦੇ ਕੀ ਅਰਥ ਨੇ ਸ਼ਸਤਰਧਾਰੀ ਤਾਂ ਛੇਵੇਂ ਪਾਰਸ਼ਾ ਦੇ ਸਮੇਂ ਤੋਂ ਹੀ ਗੁਰੂ ਕੇ ਸਿੱਖ ਹੋ ਗਏ ਬਿਲਕੁਲ ਸਨ 1699 ਦੀ ਵਿਸਾਖੀ ਵਾਲੇ ਦਿਨ ਖੰਡੇ ਬਾਟੇ ਦੀ ਪੌਲ ਦੇ ਕੇ ਪੰਜ ਪਿਆਰੇ ਸਹਬਾਨਾ ਦੁਆਰਾ ਆਪ ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਉਹ ਪੌਲ ਪ੍ਰਾਪਤ ਕੀਤੀ ਤੇ ਉਸ ਵੇਲੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਨਿਹੰਗ ਸਿੰਘ ਫੌਜਾਂ ਸਾਜੀਆਂ ਤੇ ਖਾਲਸਾ ਤੁਖਲਸ ਦਿੱਤਾ ਗੁਰੂ ਦਾ ਖਾਲਸਾ ਕਦੇ ਵੀ ਆਪਣੇ ਨਾਮ ਨਾਲ ਕੋਈ ਜਾਤ ਜਾਂ ਗੋਤ ਨਹੀਂ ਵਰਤਦਾ ਜੇ ਵਰਤਦਾ ਹੈ ਤੇ ਇਹ ਗੁਰੂ ਦੇ ਹੁਕਮ ਤੋਂ ਬਾਹਰ ਦੀ ਗੱਲ ਹੈ ਫਿਰ ਗੁਰੂ ਦਾ ਹੁਕਮ ਨਹੀਂ ਮੰਨਦਾ ਗੁਰੂ ਕੇ ਸਿੰਘਾਂ ਦਾ ਜਿਹੜਾ ਤੁਖਲਸ ਹੈ ਉਹ ਖਾਲਸਾ ਹੂੰ ਤੋਂ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਨਿਹੰਗ ਸਿੰਘ ਫੌਜਾਂ ਸਾਜੀਆਂ ਨੇ ਹੰਗ ਇਹ ਦੋ ਸ਼ਬਦਾਂ ਦੀ ਸੰਧੀ ਹੈ ਨੇ ਪਲੱਸ ਹੰਗ ਨੇ ਨਾਮਾਚਕ ਸ਼ਬਦ ਹੈ ਤੇ ਹੰਗ ਹੰਗਤਾ ਹੰਕਾਰ ਪਾਵ ਹੰਕਾਰ ਤੋਂ ਰਹਿਤ ਜਿਹਦੇ ਅੰਦਰ ਸੋ ਜਾਤੀ ਦਾ ਰੂਪ ਦਾ ਧਨ ਦੌਲਤ ਦਾ ਕਿਸੇ ਤਰ੍ਹਾਂ ਦਾ ਵੀ ਕੋਈ ਹੰਕਾਰ ਨਾ ਹੋਵੇ ਉਹ ਨਿਹੰਗ ਸਿੰਘ ਅਖਵਾਉਂਦਾ ਏ ਤੇ ਇਸ ਸ਼ਬਦ ਦੇ ਦੂਸਰੇ ਅਰਥ ਫਾਰਸੀ ਦੇ ਅੰਦਰ ਜਿਹੜਾ ਮਗਰਮਾਸ਼ਾ ਉਹਨੂੰ ਨਿਹੰਗ ਆਖਿਆ ਜਾਂਦਾ ਮਗਰਮਾਸ਼ ਨੂੰ ਹਾਂ ਮਗਰਮਾਸ਼ ਨੂੰ ਅੱਛਾ ਅੱਛਾ ਜਿਹੜਾ ਨਿਹੰਗ ਸਿੰਘ ਦੇ ਜਿਦ ਤਰ੍ਹਾਂ ਹਣ ਇਹ ਇਹ ਤੋਂ ਗੈਰਾਂ ਨਿਹੰਗ ਸਿੰਘ ਦੇ ਅਰਥ ਜਿੱਦਾਂ ਹੁਣ ਨਿਹੰਗਾ ਸਿੰਘਾਂ ਦੇ ਬੱਚੇ ਹੁੰਦੇ ਨੇ ਜਿੱਦਾਂ ਆਪਣਾ ਪਚੰਗੀ ਸਿੰਘ ਹੈਨਾ ਇਹਨੂੰ ਆਪਾਂ ਨਿਹੰਗ ਸਿੰਘ ਦੇ ਬੇਟੇ ਨੂੰ ਪਚੰਗੀ ਕਹਿੰਦੇ ਹੈਨਾ ਤੇ ਪਚੰਗੀ ਦਾ ਕੀ ਅਰਥ ਨਿਕਲਦੇ ਨੇ ਅਮਰਤ ਅਮਰਤ ਪ੍ਰਾਪਤੀ ਦੇ ਉਪਰੰਤ ਇਹ ਤਿੰਨ ਸ਼ਬਦ ਗੁਰੂ ਕੇ ਸਿੱਖਾਂ ਦੇ ਨਾਮ ਦੇ ਨਾਲ ਸੋ ਸਿੰਘ ਨਿਹੰਗ ਤੇ ਭਜੰਗ ਹਾਂ ਸਿੰਘ ਨਾਮ ਸ਼ੇਰ ਦਾ ਏ ਜੀ ਤੇ ਸ਼ੇਰ ਵੀ ਕਾਲ ਦਾ ਪ੍ਰਤੀਤ ਹੂੰ ਸ਼ੇਰ ਤੋਂ ਸਾਰੇ ਭੈ ਭੀਤ ਹੁੰਦੇ ਆ ਜੰਗਲ ਦੇ ਵਿੱਚ ਸ਼ੇਰ ਦੀ ਸਰਦਾਰੀ ਹੁੰਦੀ ਹੈ ਜੀ ਇਸੇ ਤਰ੍ਹਾਂ ਇਹ ਸੰਸਾਰ ਜੰਗਲ ਹੈ ਜੀ ਇਹਦੇ ਅੰਦਰ ਬਹੁਤ ਸਾਰੇ ਧਰਮ ਬਹੁਤ ਸਾਰੀਆਂ ਕੌਮਾਂ ਹਨ ਹੂੰ ਪਰ ਗੁਰੂ ਕੇ ਸਿੱਖ ਸਿੰਘ ਹਨ ਜੀ ਇਹੋ ਜਾਣਿਆ ਇਹ ਸਾਰਿਆਂ ਦੇ ਵਿੱਚੋਂ ਸਰਦਾਰ ਕੌਮ ਹੈ ਜਿਹੜੇ ਸਾਰਿਆਂ ਦੇ ਸਾਰਿਆਂ ਦੀ ਰੱਖਿਆ ਕਰਨ ਵਾਸਤੇ ਗੁਰੂ ਸਾਹਿਬ ਨੇ ਬਣਾਈ ਹੁਣ ਸ਼ੇਰ ਤੋਂ ਸਾਰੇ ਹੀ ਭੈ ਪੀਤ ਹੁੰਦੀ ਬਿਲਕੁਲ ਇਸੇ ਤਰ੍ਹਾਂ ਸਿੱਖ ਕੌਮ ਤੋਂ ਸਿੰਘਾਂ ਤੋਂ ਸਾਰਿਆਂ ਨੂੰ ਭੈ ਪੀਤ ਹੋਣਾ ਚਾਹੀਦਾ ਹੈ ਤੇ ਸਿੰਘ ਨਿਹੰਗ ਜਿਵੇਂ ਪਹਿਲਾ ਸ਼ਬਦ ਵਰਤਿਆ ਵੀ ਨਿਹੰਗ ਫਾਰਸੀ ਦਾ ਸ਼ਬਦ ਹੈ ਤੇ ਫਾਰਸੀ ਦੇ ਵਿੱਚ ਮਗਰਮਸ਼ ਨੂੰ ਨਿਹੰਗ ਕਹਿੰਦੇ ਮਗਰਮਸ਼ ਬੜਾ ਭਿਆਨਕ ਹੈ ਜਦੋਂ ਜਿਹਦੇ ਵੀ ਪਿੱਛੇ ਪਹ ਜਾਂਦਾ ਉਹਨੂੰ ਛੱਡਦਾ ਨਹੀਂ ਇਸੇ ਤਰ੍ਹਾਂ ਗੁਰੂ ਕੇ ਨਿਹੰਗ ਸਿੰਘਾਂ ਨੇ ਵੀ ਅਜੇ ਤੱਕ ਜਿਨ੍ਹਾਂ ਨੇ ਸਾਡੇ ਫਲਸਫੇ ਵੱਲੇ ਡੇਢੀ ਨਿਗਾਹ ਦੇ ਨਾਲ ਵੇਖਿਆ ਸਾਡੇ ਗੁਰਧਾਮਾਂ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਗੁਰੂ ਕੇ ਨਿਹੰਗ ਸਿੰਘਾਂ ਨੇ ਵੀ ਉਹਨਾਂ ਨੂੰ ਨਹੀਂ ਬਖਸ਼ਿਆ ਤੇ ਭੁਜੰਗ ਇਹਨਾਂ ਦੇ ਬੱਚੇ ਛੋਟੇ ਛੋਟੇ ਇਹ ਭੁਜੰਗ ਹੁੰਦੇ ਭੁਜੰਗ ਸੱਪ ਨੂੰ ਆਖਿਆ ਜਾਂਦਾ ਹੈ ਸੱਪ ਨੂੰ ਹਾਂ ਕਹਿੰਦੇ ਸੱਪ ਕਾਲ ਦਾ ਪ੍ਰਤੀਕ ਹੈ ਜੀ ਇਸੇ ਤਰ੍ਹਾਂ ਇਹ ਅਕਾਲ ਪੁਰਖ ਦੀਆਂ ਫੌਜਾਂ ਸਾਜ਼ੀਆਂ ਤੇ ਨਿਹੰਗ ਸਿੰਘ ਵੀ ਕਾਲ ਦਾ ਪਤੀਕ ਹੂੰ ਅੱਛਾ ਕਹਿਣ ਤੋਂ ਭਾਵੇਂ ਵੀ ਪਚੰਗ ਜਿਹੜਾ ਇੱਕ ਖਤਰਨਾਕ ਸੱਪ ਨੂੰ ਕਹਿੰਦੇ ਆਪਾਂ ਹੈਨਾ ਤੇ ਹੋਰ ਵੀ ਕਈ ਗੁਣ ਹੈ ਹੁਣ ਸੱਪ ਬੜਾ ਸਦਕੀ ਹੁੰਦਾ ਹੂੰ ਆ ਹੁਣ ਜੋਗੀ ਆਪਣੇ ਤੋਂ ਦੁੱਧ ਲੈ ਜਾਂਦੇ ਮੰਗ ਕੇ ਸੱਪ ਦੁੱਧ ਨਹੀਂ ਪੀਂਦਾ ਇਹ ਝੂਠੀ ਗੱਲ ਜੀ ਬਿਲਕੁਲ ਸੱਪ ਪੌਣ ਖਾਂਦਾ ਹੈ ਇਸੇ ਤਰ੍ਹਾਂ ਉਹ ਮਿੱਟੀ ਖਾ ਲੈਂਦਾ ਹੂੰ ਇਸ ਇਸੇ ਤਰ੍ਹਾਂ ਜਿਹੜਾ ਸੱਪ ਹੈ ਉਹ ਬੜਾ ਸਦਕੀ ਹੁੰਦਾ ਹੈ ਤੇ ਗੁਰੂ ਕਾ ਸਿੰਘ ਵੀ ਬੜਾ ਸਦਕੀ ਹੁੰਦਾ ਹੈ ਚੰਗੀ ਕੁੱਲ ਦਾ ਜਿਹੜਾ ਸੱਪ ਹੈ ਨਾ ਉਹ ਇੱਕੋ ਡੰਗ ਮਾਰਨਾ ਹੀ ਪਸੰਦ ਕਰਦਾ ਦੂਜਾ ਡੰਗ ਨਹੀਂ ਮਾਰ ਹਾਂ ਗੁਰੂ ਕਾ ਸਿੰਘ ਵੀ ਜੀ ਭਜੰਗ ਵੀ ਇੱਕੋ ਵਾਰ ਦੇ ਨਾਲ ਹੀ ਝਟਕਾ ਗੁਰੂ ਕੇ ਸਿੰਘ ਝਟਕਾ ਕਰਦੇ ਹਨ ਬਿਲਕੁਲ ਬਿਲਕੁਲ ਇਹ ਵੀ ਬਹੁਤ ਸਾਰੇ ਕਈ ਵਾਦ-ਵਿਵਾਦ ਦੇ ਵਿੱਚ ਬਾਤ ਲੈਂਦੀ ਪਰ ਇਹ ਜਿਹੜਾ ਇਹਦੇ ਗੁਣ ਹੈ ਗੁਰੂ ਸਾਹਿਬ ਨੇ ਇਹਨਾਂ ਨੂੰ ਛੋਟੇ ਸਿੰਘਾਂ ਦੇ ਬੱਚਿਆਂ ਨੂੰ ਭਜੰਗੀ ਸ਼ਬਦ ਵਰਤ ਆਪਾਂ ਵਰਤੇ ਹਨਾ ਹਾਂ ਤੋ ਇਹ ਵੀ ਇੱਕੋ ਵਾਰ ਕਰਨਾ ਹੀ ਪਸੰਦ ਕਰਦੇ ਜੀ ਅੱਛਾ ਇੱਕ ਇੱਕ ਹੋਰ ਗੁਰੂ ਅਰਗਵਿੰਦ ਪਾਤਸ਼ਾਹ ਨੇ ਮਤਲਬ ਇੱਕ ਸਿਧਾਂਤ ਬਖਸ਼ਿਆ ਸੀ ਮੀਰੀ ਤੇ ਪੀਰੀ ਹੈਨਾ ਉਹ ਉਹ ਇਹ ਸਿੱਖ ਕੌਮ ਜਿਹੜੀ ਆਪਣੇ ਆਪ ਤੇ ਅਪਣਾਉਂਦੀ ਆ ਮੀਰੀ ਤੇ ਪੀਰੀ ਦਾ ਸਿਧਾਂਤ ਕੀ ਸੀ ਤੇ ਉਹਦੇ ਬਾਰੇ ਆਪਣੇ ਕੀ ਪ੍ਰਚਾਰਿਆ ਜਾਂਦਾ ਸਾਡੀ ਸਿੱਖ ਕੌਮ ਵਿੱਚ ਕੀ ਮੰਨਤਾ ਮੀਰੀ ਪੀਰੀ ਨੂੰ ਸਾਡੀ ਵਿਲੱਖਣਤਾ ਦਾ ਇਹ ਵੀ ਇੱਕ ਬਹੁਤ ਵੱਡਾ ਪੱਖ ਹੈ ਮੀਰੀ ਤੇ ਪੀਰੀ ਜੀ ਇਹ ਹੋਰ ਨਕਾਮਾਂ ਦੇ ਵਿੱਚ ਨਹੀਂ ਸੀ ਜਿਹੜੀ ਜਿਹੜੀ ਵਰਨਵੰਡ ਹੋਈ ਸਨਾਤਨ ਧਰਮ ਵੱਲੋਂ ਹੂੰ ਉਹਦੇ ਵਿੱਚ ਵੀ ਇਹ ਨਹੀਂ ਸੀ ਹੂੰ ਹੁਣ ਬ੍ਰਾਹਮਣ ਵਿਦਿਆ ਪੜ ਸਕਦਾ ਸੀ ਬਿਲਕੁਲ ਤੇ ਜਿਹੜੇ ਛਤਰੀ ਸੀ ਖੱਤਰੀ ਹੂੰ ਖੱਤਰੀ ਸੁਣ ਸਕਦੇ ਸੀ ਗਿਆ ਪ੍ਰਾਪਤ ਨਹੀਂ ਸੀ ਕਰ ਸਕਦੇ ਪੜ ਨਹੀਂ ਸੀ ਸਕਦੇ ਤੇ ਇਹਦੇ ਤੋਂ ਅੱਗੇ ਸੂਦ ਤੇ ਵੈਸ਼ ਇਹ ਦੋਵੇਂ ਬ੍ਰਾਹਮਣ ਤੇ ਖੱਤਰੀ ਤੋਂ ਅੱਗੇ ਕनिष्ठ ਆ ਗਏ ਸੀ ਜੀ ਇਹ ਪਰ ਸੁਣ ਨਹੀਂ ਸਕਦੇ ਤੇ ਜਿਨ੍ਹਾਂ ਨੇ ਗੁਰਮਤ ਦਾ ਜਾਂ ਆਪਣੇ ਧਰਮ ਦਾ ਗਿਆਨ ਪੜਿਆ ਸੁਣਿਆ ਨਾ ਹੋਵੇ ਉਹ ਪਰਮਾਰਥ ਦੀ ਪ੍ਰਾਪਤੀ ਕਿਵੇਂ ਕਰ ਸਕਣਗੇ ਇਸ ਕਰਕੇ ਜੇ ਬ੍ਰਾਹਮਣ ਸੀ ਨਾ ਉਹਨੂੰ ਵੀ ਖੱਤਰੀ ਦੀ ਸ਼ਸਤਰਧਾਰੀ ਦੀ ਸ਼ਰਨ ਦੇ ਵਿੱਚ ਜਾਣਾ ਪੈਂਦਾ ਸੀ ਆਪਣੀ ਰੱਖਿਆ ਕਰਨ ਦੇ ਵਾਸਤੇ ਬਿਲਕੁਲ ਤੇ ਜਿਹੜਾ ਖੱਤਰੀ ਸੀ ਸ਼ਸਤਰ ਧਾਰਨ ਕਰਨ ਵਾਲਾ ਉਹਨੂੰ ਪਰਮਾਰਥ ਦਾ ਗਿਆਨ ਪ੍ਰਾਪਤ ਕਰਨ ਵਾਸਤੇ ਬ੍ਰਾਹਮਣ ਦੇ ਕੋਲ ਜਾਣਾ ਪੈਂਦਾ ਸੀ ਬਿਲਕੁਲ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਸਾਨੂੰ ਰਾਜੇ ਜੋਗੀ ਬਣਾਇਆ ਮੀਰੀ ਤੇ ਪੀਰੀ ਦਾ ਸਿਧਾਂਤ ਹੂੰ ਇਸ ਤਰ੍ਹਾਂ ਦਾ ਹੈ ਵੀ ਮੀਰੀ ਸੰਸਾਰ ਦੀ ਪਾਤਸ਼ਾਹੀ ਹੂੰ ਤੇ ਪੀਰੀ ਨਰੰਗਕਾਰ ਦੀ ਪਾਤਸ਼ਾਹੀ ਹੂੰ ਕਲਗੀਧਰ ਪਾਤਸ਼ਾਹ ਨੇ ਵੀ ਇਹ ਸ਼ਬਦ ਵਰਤੇ ਨੇ ਜਦੋਂ ਹੁਕਮ 52 ਹੁਕਮ ਆਪਾਂ ਪੜ੍ਹਦੇ ਹਾਂ ਜਿਹੜੇ ਨਦੇੜ ਦੇ ਵਿੱਚ ਗੁਰਦੇਵ ਨੇ ਕੀਤੇ ਜੀ ਉਹਦੇ ਵਿੱਚ ਇੱਕ ਹੁਕਮ ਮਹਾਰਾਜ ਦਾ ਇਹ ਵੀ ਹੈ ਵੀ ਗੁਰੂ ਕੇ ਸਿਖਾਣੇ ਰਾਜਨੀਤੀ ਵੀ ਪੜ੍ਹਨੀ ਹੈ ਬਿਲਕੁਲ ਕਿਉਂਕਿ ਰਾਜ ਬਿਨਾਂ ਨਾ ਧਰਮ ਚੱਲੇ ਹੈ ਧਰਮ ਬਿਨਾਂ ਸਭ ਦਲੈ ਮਲੇ ਵਾਹ ਤੋ ਗੁਰਦੇਵ ਨੇ ਇੱਕ ਕਿਰਪਾ ਕੀਤੀ ਪੰਜਵੇਂ ਪਾਤਸ਼ਾਹ ਦੀ ਸ਼ਹਾਦਤ ਦੇ ਉਪਰੰਤ ਸਮੇਂ ਦਾ ਰੁਖ ਸਮਝਦਿਆਂ ਜਾਣਿਆ ਕਿ ਹੁਣ ਇਹ ਜ਼ੁਲਮ ਇਸ ਤਰ੍ਹਾਂ ਨਹੀਂ ਠੱਲਿਆ ਰਹਿਣਾ ਮਹਾਰਾਜ ਸੱਚੇ ਪਾਤਸ਼ਾਹ ਨੇ ਅਕਾਲ ਤਖਤ ਦੀ ਸਿਰਜਣਾ ਕੀਤੀ ਜਿਹੜਾ ਇੱਕ ਮੀਰੀ ਦਾ ਗੁਣ ਗੁਰੂ ਸਾਹਿਬ ਨੇ ਜ਼ਾਹਰ ਕੀਤਾ ਮੁਸਲਿ ਮਗਲਮਾ ਮੁਸਲਮਾਨ ਜਿਹੜੀ ਹਕੂਮਤ ਹੈ ਮੁਗਲੀਆਂ ਹਕੂਮਤ ਦੇ ਚਾਰ ਵੱਡੇ ਤਖਤ ਸੀ ਦੇਸ਼ ਦੇ ਅੰਦਰ ਆਪ ਜਾਣਦੇ ਹੋਗੇ ਦਿੱਲੀ ਲਾਹੌਰ ਆਗਰਾ ਤੇ ਕਲਾਨੌਰ ਜੀ ਜੀ ਇਹਨਾਂ ਚੌਹਾਂ ਤਖਤਾਂ ਤੋਂ ਉੱਚਾ ਅਕਾਲ ਤਖਤ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਜਿਆ ਜਮੀਨੀ ਤਲ ਇਹਨਾਂ ਚੌਹਾਂ ਤਖਤਾਂ ਦੇ ਨਾਲੋਂ ਜਿਹੜੀ ਕੁਰਸੀ ਹੈ ਅਕਾਲ ਤਖਤ ਸਾਹਿਬ ਦੀ ਇਹ ਉੱਚੀ ਹੈ ਬਿਲਕੁਲ ਤਾਂ ਇੱਕ ਮੀਰੀ ਦਾ ਸਿਧਾਂਤ ਗੁਰੂ ਸਾਹਿਬ ਜੀ ਨੇ ਧਾਰਨ ਕੀਤਾ ਤੇ ਮੀਰੀ ਪੀਰੀ ਦੀਆਂ ਦੋ ਤੇਗਾਂ ਧਾਰਨ ਕੀਤੀਆਂ ਆਪਾਂ ਟਾਡੀ ਸਿੰਘਾਂ ਦੀ ਵਾਰ ਸੁਣਦੇ ਆ ਦੋ ਤਰਵਾਰੀ ਬਧੀਆਂ ਇੱਕ ਮੀਰ ਦੀ ਇੱਕ ਪੀਰ ਦੀ ਇੱਕ ਅਜਮਤ ਦੀ ਇੱਕ ਰਾਜ ਦੀ ਇੱਕ ਰਾਖੀ ਕਰੇ ਵਜ਼ੀਰ ਦੀ ਹਿੰਮਤ ਬਾਹਾਕੋਟ ਗੜ੍ਹ ਦਰਵਾਜਾ ਬਲਖ ਬਖੀਰ ਦੀ ਨਾਲ ਸਿਪਾਹੀ ਨੀਲ ਨਾਲ ਮਾਰ ਦੁਸ਼ਟਾਂ ਕਰੇ ਤਾਗੀਰ ਦੀ ਪੱਗ ਤੇਰੀ ਕੀ ਜਹਾਂਗੀਰ ਦੀ ਸਮੇ ਦੇ ਬਾਦਸ਼ਾਹ ਦੀ ਪੱਗ ਨੂੰ ਉਹਦੀ ਸ਼ਾਨ ਨੂੰ ਇੱਕ ਚੈਲੰਜ ਸਾਡੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਦਿੱਤਾ ਜਾਣਿਆ ਗੱਲ ਜाहिर ਕਰ ਦਿੱਤੀ ਵੀ ਅਸੀਂ ਆਪਣੇ ਸਿਰ ਤੇ ਕੋਈ ਕੋਈ ਬਾਦਸ਼ਾਹੀ ਨੂੰ ਕੋਈ ਸਰਕਾਰ ਨੂੰ ਕਿਸੇ ਰਾਜ ਨੂੰ ਨਹੀਂ ਮੰਨਦੇ ਗੁਰੂ ਕੇ ਖਾਲਸੇ ਖੁਦ ਰਾਜੀ ਹੈ ਰਾਜੇ ਨੇ ਮੀਰੀ ਦਾ ਸਿਧਾਂਤ ਕਰਕੇ ਤੇ ਪੀਰੀ ਦਾ ਸਿਧਾਂਤ ਕਰਕੇ ਗੁਰੂ ਕੇ ਖਾਲਸੇ ਇਹ ਜੋਗ ਵੀ ਰਾਜ ਤੇ ਜੋਗ ਦਾ ਸੰਤ ਤੇ ਸਿਪਾਹੀ ਦਾ ਮਲਾਪ ਮੀਰੀ ਤੇ ਪੀਰੀ ਅੱਛਾ ਇਸ ਤੋਂ ਬਾਅਦ ਆ ਜਾਂਦੀ ਹੈ ਬੋਲਿਆਂ ਦੀ ਗੱਲ ਹੁਣ ਨਿਹੰਗ ਸਿੰਘ ਜਿਹੜੀਆਂ ਉਹਨਾਂ ਦੀਆਂ ਵੱਖਰੀਆਂ ਵੱਖਰੀਆਂ ਬੋਲੀਆਂ ਨੇ ਕੋਟਵਾਲਡ ਨੇ ਜਿਸ ਤਰ੍ਹਾਂ ਛੋਲਿਆਂ ਨੂੰ ਬਦਾਮ ਕਹਿੰਦੇ ਨੇ ਹਨਾ ਇਤੋਂ ਮੈਂ ਇੱਕ ਵਾਰੀ ਤੁਹਾਡੇ ਤੋਂ ਕਵਤਾ ਵੀ ਸੁਣੀ ਸੀ ਤੇ ਤੁਸੀਂ ਉਹ ਕਵਤਾ ਜਿਹੜੀ ਉਹ ਸਾਡੇ ਦਰਸ਼ਕਾਂ ਵਾਸਤੇ ਜਰੂਰ ਸੁਣਾ ਦਿਓ ਜਿਹਦੇ ਵਿੱਚ ਉਹ ਤੁਸੀਂ ਇਹ ਦੇ ਬਾਰੇ ਲਿਖਿਆ ਵੀ ਨਿਹੰਗ ਸਿੰਘਾਂ ਦੇ ਬੋਲੇ ਵੱਖਰੇ ਕਿਵੇਂ ਹੈ ਇਹ ਅਕਾਲੀ ਫੌਜਾਂ ਜੀ ਗੁਰੂਗੀਆਂ ਸਾਜ਼ੀਆਂ ਜਿਹੜੀਆਂ ਵੀ ਕੋਈ ਸਰਕਾਰ ਦੀਆਂ ਫੌਜਾਂ ਸੈਨਾ ਬਣੀਆਂ ਹੈ ਨਾ ਸਾਰੀਆਂ ਸੈਨਾ ਦੇ ਵਿੱਚ ਸਾਰੇ ਸੈਨਿਕ ਉਹ ਆਪਣੇ ਆਪਣੇ ਕੋਡ ਵਰਡ ਆਪਣੇ ਆਪਣੇ ਬੋਲ ਵਰਤਦੇ ਆ ਜਿਹੜੇ ਕੇਵਲ ਉਹਨਾਂ ਦੀ ਸੈਨਾ ਨੂੰ ਹੀ ਪਤਾ ਹੁੰਦਾ ਉਹਨਾਂ ਦੀਆਂ ਫੌਜਾਂ ਨੂੰ ਇਸੇ ਤਰ੍ਹਾਂ ਸਾਡੇ ਉੱਪਰ ਵੀ ਇੱਕ ਸਮਾਂ ਇਹੋ ਜਿਹਾ ਆਇਆ ਵੀ ਸਾਡੇ ਵਿੱਚ ਕੁਸ ਬੈਠ ਕਰਕੇ ਮੁਗਲਿਆ ਹਕੂਮਤ ਦੇ ਸੈਨਿਕ ਜਾਂ ਜਿਹੜੇ ਸੂਈਏ ਆਉਂਦੇ ਸੀ ਉਹ ਸਾਡਾ ਨੁਕਸਾਨ ਕਰਦੇ ਸੀ ਤੇ ਗੁਰੂ ਕੇ ਖਾਲਸੇ ਨੇ ਸੋ ਇਹ ਸੁਣਿਆ ਜਾਂਦਾ ਵੀ ਨਵਾਬ ਕਪੂਰ ਸਿੰਘ ਜੀ ਹੋਰਾਂ ਨੇ ਇਹ ਜਿਹੜੇ ਬੋਲੇ ਇਹ ਬਣਾਏ ਇਹ ਗਰੂਕੀਆਂ ਫੌਜਾਂ ਨੂੰ ਹੂੰ ਇੱਕ ਕਦੋਂ ਕਦੋਂ ਕਹੁੰਚਾ ਇਹ ਨਵਾਬ ਕਪੂਰ ਸਿੰਘ ਜੀ ਦਾ ਸਮਾਂ ਜਿਹੜਾ ਕਦੋਂ ਚੱਲ ਦੇ ਇਹ ਨਵਾਬ ਜਕਰੀਆ ਖਾਨ ਦੇ ਰਾਜ ਦੇ ਸੂਬਾ ਸਰਹੰਦ ਅੱਛਾ ਅੱਛਾ ਉਸ ਵੇਲੇ ਜਕਰੀਆ ਖਾਨ ਸੀ ਹੂੰ ਤੇ ਉਦੋਂ ਨਵਾਬ ਕਪੂਰ ਸਿੰਘ ਜੀ ਹੋਰਾਂ ਨੇ ਦੇ ਗੁਰੂਕੀਆਂ ਫੌਜਾਂ ਦੇ ਵਿੱਚ ਇਹ ਜਿਹੜੇ ਬੋਲੇ ਪ੍ਰਚਲਿਤ ਕੀਤੇ ਜਿਹੜੇ ਬੜੀ ਚੜ੍ਹਦੀ ਕਲਾ ਵਾਲੇ ਗੜਗੱਜ ਬੋਲੇ ਨਿਮੰਗ ਸਿੰਘ ਇਹਨਾਂ ਨੂੰ ਕਹਿੰਦੇ ਆ ਉਹ ਦੋ ਚਾਰ ਬੋਲੇ ਸਾਨੂੰ ਜਰੂਰ ਸੁਣਾਓ ਸਾਡੇ ਦਰਸ਼ਕਾਂ ਜੀ ਮੈਂ ਦੋ ਚਾਰ ਇਸ ਤਰ੍ਹਾਂ ਦੱਸੇ ਤਾਂ ਇਹ ਤਾਂ ਬਹੁਤ ਬੋਲੇ ਆ ਉਹ ਜਿਹੜੀ ਕਵਤਾ ਹੁੰਦੀ ਨਾ ਜੀ ਬਹੁਤ ਲੰਮੀ ਗੱਲ ਨੂੰ ਕਈ ਘੰਟਿਆਂ ਦੀ ਗੱਲ ਨੂੰ ਮਿੰਟਾਂ ਵਿੱਚ ਕਹਿ ਦੇਣ ਦਾ ਮਾਧਿਅਮ ਮੈਂ ਉਹ ਕਵਤਾ ਚਾਹੁੰਦਾ ਹਾਂ ਕਿ ਆਪ ਜੀ ਦੇ ਨਾਲ ਸਾਂਝੀ ਕਰਾਂ ਜੀ ਦੇ ਵਿੱਚ ਕਾਫੀ ਬੋਲੇ ਸਾਰੇ ਤਾਂ ਨਹੀਂ ਮੈਂ ਲਿਖ ਸਕਿਆ ਵੈਸੇ ਉਹਦੇ ਉਹਨਾਂ ਬੋਲਿਆਂ ਵਿੱਚੋਂ ਕਾਫੀ ਬੋਲੇ ਇਹਦੇ ਵਿੱਚ ਨਾ ਦਿਨ ਦਾ ਯਤਨ ਕੀਤਾ ਹੈ ਜੀ ਮੈਂ ਆਪਜੀ ਦੇ ਨਾਲੋਂ ਕਵਿਤ ਦੀਆਂ ਲੈਣਾ ਇਸੇ ਤਰ੍ਹਾਂ ਸਾਂਝੀਆਂ ਕਰਦਾ ਜੀ ਪੈਰਾ ਕਹਿੰਦੇ ਕੰਮ ਨੂੰ ਤੇ ਲਹਿਰਾ ਕਹਿੰਦੇ ਮ제 ਨੂੰ ਸੁਨਹਿਰਾ ਕਹਿੰਦੇ ਕੁੰਡੇ ਨੂੰ ਤੇ ਡੰਡੇ ਨੂੰ ਸਲੋਤਰਾ ਖਾਸ ਖਾਸ ਬਦਾਮ ਕੋਟ ਕਹਿੰਦੇ ਲੱਗਾ ਰਗੜਾ ਹੈ ਜ਼ੋਰ ਵਾਲੇ ਕੰਮ ਤਾਂ ਹੀ ਕਹਿਣ ਲੱਗਾ ਯੋਤਰਾ ਹੂੰ ਪੂਰਾ ਹੋ ਜੇ ਕੰਮ ਕਹਿਣ ਮੋਰਚਾ ਹੈ ਫਤਿਹ ਹੋਇਆ ਗੱਜ ਕੇ ਜਕਾਰੇ ਜੋ ਅਕਾਲ ਦੇ ਗਜਾਮ ਦੇ ਬੋਲੇ ਗੜਗੱਜ ਜੋ ਨਿਹੰਗ ਸਿੰਘ ਫੌਜ ਦੇ ਨੇ ਸੁਣੋ ਸੰਗਤ ਜੀ ਪਏ ਕਵੀਸ਼ਰ ਸੁਣਾਉਣ ਦੀ ਜੀ ਕਾਲੀ ਕਾਲੀ ਛੇਤੀ ਛੇਤੀ ਕੰਮ ਜੇ ਮਕਾਉਣਾ ਹੋਵੇ ਆਖਦੇ ਨੇ ਫੇਰ ਸਾਨੂੰ ਹੱਲੇ ਨਾਲ ਹੱਲਾ ਹੈ ਧੌਂਸਿਆਂ ਨਿਸ਼ਾਨਾ ਪਿੱਛੇ ਘੋੜਿਆਂ ਤੇ ਸਵਾਰ ਹੋ ਕੇ ਨੇਜਾਬਾਜ਼ੀ ਖੇਡ ਕੇ ਕਹਿੰਦੇ ਕੱਢਿਆ ਮਹੱਲਾ ਹੈ ਧੌਂਸਿਆਂ ਨਿਸ਼ਾਨਾ ਪਿੱਛੇ ਘੋੜਿਆਂ ਤੇ ਸਵਾਰ ਹੋ ਕੇ ਨੇਜਾਬਾਜ਼ੀ ਖੇਡ ਕਹਿੰਦੇ ਕੱਢਿਆ ਮਹੱਲਾ ਹੈ ਡਿੱਗ ਟੱਟ ਪੈਣ ਕੋਈ 60 ਫੇਟ ਲੱਗ ਜਾਵੇ ਖੇਡਿਆ ਮਹੱਲਾ ਗਿਆ ਮੁਖੋਂ ਕਈ ਜਾਮਦੇ ਬੋਲੇ ਗੜਗੱਜ ਜੋ ਨਿਹੰਗ ਸਿੰਘ ਫੌਜ ਦੇ ਨੇ ਸੁਣੋ ਸੰਗਤ ਜੀ ਪਏ ਕਵੀ ਸ਼ਰਸਨਾਮ ਦੇ ਆਟਾ ਹੋਵੇ ਗੁੰਨਿਆਂ ਤੇ ਕਹਿੰਦੇ ਮੈਦਾ ਜੱਪਿਆ ਹੈ ਪੇੜਿਆਂ ਨੂੰ ਲੋਈਏ ਸਿੰਘ ਲਾਗਰੀ ਬਤਾਉਂਦੇ ਨੇ ਸਬਜੀ ਬਣਾ ਕੇ ਕਹਿਣ ਹੋ ਗਿਆ ਤਿਆਰ ਪਾਜਾ ਬੱਕਰੇ ਦੇ ਤਾਂ ਹੀ ਇਹ ਚਟੰਗਾ ਫਰਮਾਉਂਦੇ ਨੇ ਜੀ ਵੱਡੇ ਇੱਕੋ ਵਾਰ ਨਾਲ ਕਹਿੰਦੇ ਹੋਇਆ ਝਟਕਾ ਹੈ ਦੂਜਾ ਵਾਰ ਚੱਲੇ ਕਹਿ ਕੇ ਪਟਕਾ ਤਜਾਮ ਦੇ ਬੋਲੇ ਜੋ ਬੋਲੇ ਗੜਗੱਜ ਨਿਹੰਗ ਜੋ ਨਿਹੰਗ ਸਿੰਘ ਫੌਜ ਦੇ ਨੇ ਸੁਣੋ ਸੰਗਤ ਜੀ ਬਈ ਕਵੀਸ਼ਰ ਸੁਨਾਮ ਦੀ ਹੂੰ ਕਾਣਾ ਲੱਖ ਨੇਤਰਾ ਹੂੰ ਕਾਣਾ ਲੱਖ ਨੇਤਰਾ ਹਾਂ ਉਹਨੂੰ ਲੱਖ ਨੇਤਰਾ ਕਹਿੰਦੇ ਜੀ ਕਾਣਾ ਲੱਖ ਨੇਤਰਾ ਤੇ ਲੰਗੇ ਨੂੰ ਸਚਾਲਾ ਸਿੰਘ ਲੂਲੇ ਤਾਈ ਬੋਧਾ ਅਵਤਾਰ ਸਿੰਘ ਆਖਦੇ ਹਾਂ ਅੰਨ ਤਾਈ ਸੂਰਮਾ ਤੇ ਅੰਨੇ ਤਾਈ ਸੂਰਮਾ ਤੇ ਬੋਲੇ ਨੂੰ ਚਵਾਰੇ ਚੜਾ ਹੂੰ ਚੱਕੀ ਧੁੰਦ ਰੰਬੇ ਨੂੰ ਇਹ ਬਾਜ ਕਹਿਣ ਹੂੰ ਚੱਕੀ ਧੁੰਦ ਹੋਣਾ ਅਸਵਾਰ ਸਿੰਘ ਆਖਦੇ ਚੱਕੀ ਪੀਣਾ ਹੋਣਾ ਅਬ ਤਾਂ ਅਸਵਾਰ ਸਿੰਘ ਆਖਦੇ ਜੇ ਕੋਈ ਚੱਕੀ ਪੀਂਦਾ ਤੈਨੂੰ ਕਹਿੰਦੇ ਸਵਾਰ ਹੋਏ ਅਸਵਾਰ ਹੋਇਆ ਹਾਂਜੀ ਜੀ ਜੀ ਅੰਨੇ ਤਾਂ ਸੂਰਮਾ ਦੇ ਬੋਲੇ ਨੂੰ ਚਬਾਰੇ ਚੜਾ ਚੱਕੀ ਪੀਣਾ ਹੋਣਾ ਅਸਵਾਰ ਸਿੰਘ ਆਖਦੇ ਰੰਬੇ ਨੂੰ ਇਹ ਬਾਜ ਕਹਿਣ ਕਈ ਨੂੰ ਪਤਾਲਪੁਰੀ ਪਗਬਨ ਕਹਿੰਦੇ ਦਸਤਾਰ ਹਾਂ ਸਜਾਮ ਦੇ ਬੋਲੇ ਗੜਗੱਜ ਜੋ ਨਿਹੰਗ ਸਿੰਘ ਫੌਜ ਦੇ ਨੇ ਸੁਣੋ ਸੰਗਤ ਜੀ ਪਾ ਇੱਕ ਵੀਰ ਸ਼ਰਸਨਾਮ ਦੇ ਹਾਂਜੀ ਸੌਂਦੀ ਕਹਿੰਦੇ ਸੁਸਰੀ ਤੇ ਲੇਟ ਦੀਆਂ ਗਧੀਆਂ ਨੇ ਹੂੰ ਇਹ ਨਹੀਂ ਕਹਿੰਦੇ ਵੀ ਅਸੀਂ ਲੇਟੇ ਆ ਲੇਟ ਦੀਆਂ ਤਾਂ ਗਧੀਆਂ ਹਾਂ ਹਾਂ ਤੇ ਜੇ ਕਈ ਆ ਵੀ ਸੌਂਦਾ ਵਾ ਸੌਂ ਰਿਹਾ ਸਿੰਘ ਦੇ ਉਹ ਕਹਿੰਦੇ ਸੌਂਦੇ ਤਾਂ ਸੁਸਰੀ ਸੁਸਰੀ ਸੌਂਦੀ ਸੌਂਦੀ ਕਹਿੰਦੇ ਸੁਸਰੀ ਤੇ ਲੇਟ ਦੀਆਂ ਗਧੀਆਂ ਨੇ ਸਿੰਘ ਤੇ ਗੁਰੂ ਦੇ ਹੁੰਦੇ ਨੇ ਬਿਰਾਜਮਾਨ ਜੀ ਜੀ ਧਰਮਰਾਜੇ ਦੀ ਧੀ ਆਖਦੇ ਨੇ ਨੀਂਦ ਤਾਂ ਹੀ ਲੰਮੇ ਪੈਣਾ ਡਿੰਗ ਤੇ ਬਡਿੰਗ ਫਰਮਾਨ ਨੀਂਦ ਨੂੰ ਧਰਮਰਾਜ ਦੀ ਧੀ ਹਾਂਜੀ ਜੀ ਤੇ ਆਰਾਮ ਕਰਨਾ ਲੰਮੇ ਪੈਣਾ ਡਿੰਗ ਬਡਿੰਗ ਹੋ ਗਿਆ ਸੁਬੜਿੰਗ ਹੋ ਗਿਆ ਇੱਕ ਤਾਂ ਹੀ ਸਵਾ ਲੱਖ ਥੋੜੇ ਨੂੰ ਸਵਾਇਆ ਕਹਿੰਦੇ ਤੁਰ ਜਾਣਾ ਹੋਵੇ ਚਾਲਾ ਪਾਉਣਾ ਫਰਮਾਨ ਦੇ ਬੋਲੇ ਗੜਗੱਜ ਜੋ ਨਿਹੰਗ ਸਿੰਘ ਫੌਜ ਦੇ ਨੇ ਸੁਣੋ ਸੰਗਤ ਜੀ ਪਾਏ ਕਵੀਸ਼ਰ ਸੁਨਾਮ ਜੀ ਜੀ ਡੰਡੇ ਨੂੰ ਅਕਲਦਾਨ ਬੱਕਰੀ ਆਕਾਸ਼ਪਰੀ ਸ਼ਾਨਣੀ ਸਜਾਖੀ ਭੰਗ ਸੁਖਾ ਸੁਖਾਂ ਦਾ ਨਿਧਾਨ ਜੀ ਇਹਦਾ ਵਿਧਾਨ ਇਹਦਾ ਕਰ ਦੋ ਹਾਂਜੀ ਡੰਡੇ ਨੂੰ ਡੰਡੇ ਨੂੰ ਸਲੋਤਰਾ ਸਲੋਤਰਾ ਡੰਡੇ ਨੂੰ ਅਕਲਦਾਨ ਅਕਲਦਾਨ ਬੱਕਰੀ ਆਕਾਸ਼ਪਰੀ ਬੱਕਰੀ ਆਕਾਸ਼ਪਰੀ ਸ਼ਾਨਣੀ ਸਜਾਖੀ ਵਾਹ ਹਾਂਜੀ ਭੰਗ ਸੁਖਾਂ ਦਾ ਨਿਧਾਨ ਜੀ ਜੀ ਕੜਛੀ ਨੂੰ ਰੱਜੀ ਕਹਿਣ ਕਾੜਨੀ ਨੂੰ ਰੂਪਕੌਰ ਹੂੰ ਜੰਗਲ ਪਾਣੀ ਜਾਣਾ ਕਹਿੰਦੇ ਚੱਲੇ ਆ ਮਦਾਨ ਜੀ ਹੂੰ ਲੈਟਰੀਨ ਤਾਂ ਹੀ ਕੋਠੀ ਆਖਦੇ ਨੇ ਕਾਜੀ ਦੀਏ ਜੀ ਇੰਜ ਸਿੰਘ ਜਾਲਮਾਂ ਦਾ ਜਿਗਰਾ ਜਲਾਮ ਦੇ ਜੀ ਜੀ ਹਾਂ ਬੋਲੇ ਗੜਗੱਜ ਜੋ ਨਿਹੰਗ ਸਿੰਘ ਫੌਜ ਦੇ ਨੇ ਸੁਣੋ ਸੰਗਤ ਜੀ ਪਏ ਕਵੀਸ਼ਰ ਸੁਨਾਮ ਹੂੰ ਪੋਸਟ ਦੇ ਬੂਟੇ ਦਾ ਨਾਂ ਸ਼ਾਹ ਜਹਾਨ ਰੱਖਿਆ ਹੈ ਹੂੰ ਸ਼ੀਸ਼ਾ ਵੇਖ ਆਖਦੇ ਨੇ ਵੇਖਿਆ ਚੁਗਲ ਹੈ ਜੀ ਨਿੰਮ ਨੂੰ ਤਨੰਤਰ ਤੇ ਘਗਰੇ ਨੂੰ ਧੂੜ ਕੋਟ ਪਾ ਭੇਡ ਤਾਂ ਹੀ ਪਰੀ ਕਹਿਣਾ ਸਿੰਘਾਂ ਦਾ ਸ਼ੁਗਲ ਹੈ। ਹੂੰ। ਛੱਪਰ ਨੂੰ ਸੀਸ਼ ਮਹਿਲ ਹਾਂ। ਹਾਂ ਜੇ ਕੋਈ ਸ਼ਬਰੀ ਭਾਈ ਹੋਵੇ ਸੰਗਾ ਕਹਿੰਦੇ ਸੀਸ਼ ਮਹਿਲ ਬਣਾਇਆ। ਬਹੁਕਰ ਨੂੰ ਸੁੰਦਰੀ ਜੋ ਝਾੜੂ ਸੇਵਾ ਕਰੇ ਸੂਬੇਦਾਰ ਕਹਿ ਬੁਲਾਮ। ਵਾਹ ਵਾਹ ਵਾਹ। ਵੱਡਾ ਦਰਜਾ ਝਾੜੂ ਦੀ ਸੇਵਾ ਕਰਨ ਵਾਲਾ ਜਿਹੜਾ ਗੁਰਦੁਆਰੇ ਸਾਹਿਬ ਦੇ ਵਿੱਚ ਜਾਂ ਦਲਪੰਥ ਦੇ ਵਿੱਚ ਝਾੜੂ ਦੀ ਸੇਵਾ ਕਰਦੇ ਉਹਨੂੰ ਕਹਿੰਦਾ ਵੀ ਸੂਬੇਦਾਰ। ਹਾਂ ਜੀ। ਝਾੜੂ ਸੇਵਾ ਕਰੇ ਸੂਬੇਦਾਰ ਕਹਿ ਬੁਲਾਮਦੇ। ਬੋਲੇ ਗੜਗੱਜ ਜੋ ਨਿਹੰਗ ਸਿੰਘ ਫੌਜ ਦੇ ਨੇ ਸੁਣੋ ਸੰਗਤ ਜੀ ਪਾ ਇੱਕ ਵੀਰਸਾ ਸੁਣਾ। ਹੂੰ ਹੂੰ। ਕਪੜਾ ਜੇ ਪਾਟਾ ਹੋਵੇ ਕਹਿੰਦੇ ਮਸਤਾਨਾ ਹੋਇਆ ਬ੍ਰਹਮ ਰਸ ਆਖਦੇ ਨੇ ਸਿੰਬ ਬਈ ਕਮਾ ਸਿੰਘ ਬਈ ਕਮਾਦ ਨੂੰ ਕਮਾਦ ਨੂੰ ਬ੍ਰਹਮ ਰਸ ਆਖਦੇ ਗੰਨੇ ਦੇ ਰਸ ਨੂੰ ਗੰਨੇ ਨੂੰ ਹਾਂਜੀ ਜੀ ਪਿੱਪਲ ਨੂੰ ਬ੍ਰਾਹਮਣ ਤੇ ਕਣਕ ਨੂੰ ਭਾਗਮੁਖੀ ਖੋਦੇ ਨੂੰ ਲਵੇਰਾ ਰੁਦਾ ਆਖਦੇ ਰੂਪਾ ਆਖਦੇ ਪਿਆਜ ਨੂੰ ਹਾਂਜੀ ਗਾਜਰਾ ਗੋਬਿੰਦਿਆਂ ਬਤਾਉ ਨੂੰ ਬਟੇਰਾ ਕਹਿੰਦੇ ਲੂਣ ਨੂੰ ਸਰਬ ਰਸ ਕਹਿ ਕੇ ਵਰਤਾਮ ਦੇ बोले ਗੜਗੱਜ ਜੋ ਨਿਹੰਗ ਸਿੰਘ ਫੌਜ ਦੇ ਨੇ ਸੁਣੋ ਸੰਗਤ ਜੀ ਪਾ ਇੱਕ ਵੀ ਸ਼ਰਸਨਾਮ ਦੇ ਬੀੜੀ ਪੀਣ ਵਾਲੇ ਦਾ ਨਾ ਗਧੀ ਚੁੰਗ ਰੱਖਿਆ ਏ ਵਾਹ ਅ ਟ੍ਰੇਨਾਂ ਦੇ ਵਿੱਚ ਕਈ ਪੀਂਦੇ ਹੁਣ ਤੇ ਸਿੰਘ ਫਿਰ ਬੰਦ ਕਰਵਾ ਦਿੰਦੇ ਵੀ ਗਧੀ ਨਾ ਚੁੰਗ ਵੀ ਬੀੜੀ ਪੀਣ ਵਾਲੇ ਦਾ ਨਾ ਗਧੀ ਚੁੰਗ ਰੱਖਿਆ ਹੈ ਰਹਿਤ ਵਿੱਚ ਢਿੱਲਾ ਤਨਖਾਇਆ ਕਹਿ ਬਲਾਉਣ ਜੀ ਜੀ ਇੰਜਣ ਨੂੰ ਤੇਜਾ ਸਿੰਘ ਰੇਲ ਗੱਡੀ ਪੂਤ ਨਹੀਂ ਹੈ ਨਲਕੇ ਦਾ ਨਾਮ ਦਾਸ ਨੰਬਰੀ ਤਰਾਉਣ ਜੀ ਵਾਹ ਵਾਹ ਤੂਤ ਨੂੰ ਰੰਗੜ ਕਹਿੰਦੇ ਬਿੱਲੀ ਕਹਿਣ ਮਲਿਕਾ ਹੈ ਮਹਾ ਪ੍ਰਸ਼ਾਦ ਆਖ ਝਟਕਾਸ਼ ਕਾਮ ਦੇ ਹੂੰ ਬੋਲੇ ਗੜਗੱਜ ਜੋ ਨਿਹੰਗ ਸਿੰਘ ਫੌਜ ਦੇ ਨੇ ਸੁਣੋ ਸੰਗਤ ਜੀ ਪਏ ਕਵੀਸ਼ਰ ਸੁਣਾਉਂ ਲੰਡੀ 부ਚੀ ਆਖਦੇ ਨੇ ਕਰੈਤੀਏ ਕੋ ਕਰਮੀ ਨੂੰ ਰੋੜੂ ਪ੍ਰਸ਼ਾਦ ਆਂਦੇ ਡੇਲਿਆਂ ਦੇ ਚਾਰਨ 베ਰੀ ਨੂੰ ਮਿੱਠਤ ਔਰ ਕੈਂਚੀ ਤਾਂ ਹੀ ਮੂੰਹ ਤਾਣੀ ਸ੍ਰੀ ਸਾਹਿਬ ਜਾਂ ਭਗਾਉਦੀ ਕਹਿਣ ਤਲਵਾਰ ਨੂੰ ਘਿਓ ਤਾਂ ਹੀ ਪੰਜਵਾ ਤੇ ਤੇਲ ਤਾਂ ਹੀ ਛੇਵਾ ਕਹਿੰਦੇ ਦੁੱਧ ਪੀ ਕੇ ਛਕਿਆ ਸਮੁੰਦਰ ਬਤਾਮ ਦੇ ਜੇ ਕੋਈ ਸੂਈ ਆਉਂਦਾ ਸੀ ਤੇ جا کے کہਿੰਦਾ ਵੀ ਜਿਹੜੇ ਸਮੁੰਦਰ ਹੀ ਛਕੀ ਜਾਂਦੇ ਕਿਹੜੇ-ਕਿਹੜੇ ਹੋਣਗੇ ਉਹ ਇਸ ਪ੍ਰਕਾਰ ਇਹ ਜਿਹੜੇ ਗੜਗੱਜ ਬੋਲੇ ਦੁੱਧ ਪੀ ਕੇ ਛਕਿਆ ਸਮੁੰਦਰ ਬਤਾਮ ਦੇ ਬੋਲੇ ਗੜਗੱਜ ਜੋ ਨਿਹੰਗ ਸਿੰਘ ਫੌਜ ਦੇ ਨੇ ਸੁਣੋ ਸੰਗਤ ਜੀ ਪਾਏ ਕਵੀਸ਼ਰ ਸੁਣਾਉਂਦੇ ਰਹਿਤ ਵਿੱਚ ਢਿੱਲੇ ਨੂੰ ਜੋ ਕੱਚਾ ਪిల్లా ਆਖਦੇ ਨੇ ਜਿਹੜਾ ਅੰਮ੍ਰਿਤ ਛਕਿਆ ਹੋਵੇ ਤੇ ਰਹਿਤ ਨਾ ਰੱਖੇ ਉਹਨੂੰ ਕਹਿੰਦੇ ਵੀ ਇਹ ਕੱਚਾ ਪిల్లా ਜੀ ਹਾਂਜੀ ਤੇ ਰਹਿਤ ਵਿੱਚ ਢਿੱਲੇ ਨੂੰ ਜੋ ਕੱਚਾ ਪిల్లా ਆਖਦੇ ਨੇ ਕਾਲ ਬਸ ਹੋ ਜੇ ਕਹਿੰਦੇ ਕਰ ਗਿਆ ਚੜਾਈਆਂ ਜੀ ਕਰ ਚੜਾਈ ਗਿਆ ਹਾਂਜੀ ਲਾਓ ਉਖੋਵੇ ਲੱਗੀ ਕਹਿੰਦੇ ਲੱਗਿਆ ਕੜਾਕਾ ਸਾਨੂੰ ਹੂੰ ਢਿੱਲੀ ਬਾਤ ਨਹੀਂ ਕਰਦੇ ਵੀ ਭੁੱਖੇ ਹਾਂ ਕਹਿੰਦੇ ਸਿੰਘ ਕੜਾਕਾ ਲੱਗਾ ਸਿੰਘ ਕੜਾਕਾ ਲੱਗਾ ਭੁੱਖੋਵੇ ਲੱਗੀ ਕਹਿੰਦੇ ਲੱਗਿਆ ਕੜਾਕਾ ਸਾਨੂੰ ਲੰਗਰ ਤਿਆਰ ਕਰਨ ਦੇਗਾ ਨੇ ਸਜਾਈਆਂ ਜੀ ਵਾ ਵਾ ਰੋਣ ਜਾਂ ਪਿੱਟਣ ਤਾਂ ਹੀ ਮਾਰੂ ਰਾਗ ਆਖਦੇ ਨੇ ਹੂੰ ਫਰਲੇ ਵਾਲੇ ਨੂੰ ਮਹਾਕਾਲ ਜੀ ਸਦਾਮ ਦੇ ਵਾ ਵਾ ਬੋਲੇ ਗੜਗੱਜ ਜੋ ਨਿਹੰਗ ਸਿੰਘ ਫੌਜ ਦੇ ਨੇ ਸੁਣੋ ਸੰਗਤ ਜੀ ਹੂੰ ਆ ਇੱਕ ਵੀ ਸ਼ਰ ਸੁਣਾਉਂਦੇ ਛੱਡ ਕੇ ਤੇ ਗੈਂਸ ਕਹਿੰਦੇ ਮਾਰਿਆ ਮੁਗਲ ਅਸੀਂ ਪਾਣੀ ਤਾਂ ਜਲ ਕਹਿੰਦੇ ਅੱਗ ਨੂੰ ਜਵਾਲਾ ਜੀ ਹੂੰ ਕਾਇਰ ਨੂੰ ਗਿੱਦੜ ਤੇ ਅਕਾਲ ਨੂੰ ਖੜਗ ਕੇ ਤੂੰ ਬਿਨਾ ਸੋਦੇ ਬਖਸ਼ ਦੇਣਾ ਕਹਿਣ ਕਾਲਾ ਮਾਲਾ ਜੀ ਜੇ ਕੋਈ ਗਲਤੀ ਕਰੇ ਤੇ ਉਹਨੂੰ ਉਦਾਂ ਸਿੰਘ ਕੋਈ ਛੱਡ ਦੇਣ ਜਥੇਦਾਰ ਉਹਨੂੰ ਕਹਿੰਦੇ ਵੀ ਕਾਲਾ ਮਾਲਾ ਹੋ ਗਿਆ ਕਾਲਾ ਮਾਲਾ ਬਿਨਾ ਸੋਦੇ ਛੱਡ ਦੇਣਾ ਕਹਿਣ ਕਾਲਾ ਮਾਲਾ ਜੀ ਤਾਂ ਹੁਣ ਬਹੁਤਾ ਕਾਲਾ ਮਾਲਾ ਹੀ ਚੱਲ ਰਿਹਾ ਕਾਲਾ ਮਾਲਾ ਚੱਲ ਰਿਹਾ ਗੁਰੂ ਸਾਹਿਬ ਕਿਰਪਾ ਕਰ ਦੇਵੇ ਵਿਸ਼ਰਾਮ ਗੁਰਜੰਟ ਸਿੰਘ ਬੈਂਕਾ ਇੱਥੇ ਅੰਤ੍ਰਿਕ ਬੇਤ ਦੇ ਨਾਮੋਕਣੇ ਜਾ ਹੁੰਦੇ ਜੀ ਬੋਲੇ ਗੜਗੱਜ ਜੋ ਨਿਹੰਗ ਸਿੰਘ ਫੌਜ ਦੇ ਨੇ ਸੁਣੋ ਸੰਗਤ ਜੀ ਪਾ ਇੱਕ ਵੀਸ਼ਰ ਸੁਣਾਉਂਦੇ ਬਹੁਤ ਸਾਰੇ ਇਸ ਤਰ੍ਹਾਂ ਦੇ ਬੋਲੇ ਹੂੰ ਇੱਕ ਬਣਗੀ ਪੇਸ਼ ਕੀਤੀ ਵੀ ਇਸ ਤਰ੍ਹਾਂ ਨਿਆਂਗ ਸਿੰਘ ਚੜ੍ਹਦੀ ਕਲਾ ਦੇ ਜਿਹੜੇ ਬੋਲੇ ਬੋਲਦੇ ਇਸ ਕਰਕੇ ਸਾਡੀ ਕੌਮ ਇੱਕ ਵੱਖਰੀ ਕੌਮ ਹੈ ਇਹਨਾਂ ਦੀ ਗੁਫਤਾਰ ਬੋਲੀ ਵੱਖਰੀ ਹੈ ਇਹਨਾਂ ਦੀ ਦਸਤਾਰ ਇਹਨਾਂ ਦੀ ਰਫਤਾਰ ਸਭ ਕੁਝ ਬਾਕੀਆਂ ਨਾਲੋਂ ਵੱਖਰਾ ਹੈ ਤੇ ਸੰਸਾਰ ਦੇ ਨਾਲੋਂ ਇਹਨਾਂ ਦਾ ਰਹਿਣਾ ਵਿਚਰਨਾ ਇਹ ਸਭ ਕੁਝ ਨਿਆਰਾ ਹੈ ਪਰ ਗੁਰੂ ਸਾਹਿਬ ਨੇ ਆਖਿਆ ਵੀ ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ ਜਬੇ ਗੈਬ ਵਿਪਰਨ ਕੀ ਰੀਤ ਮੈਂ ਨਾ ਕਰਵਣ ਕੀ ਪ੍ਰਤੀਤ ਇੱਕ ਅਖੀਰ ਵਿੱਚ ਆਪਾਂ ਇਹ ਸਵਾਲ ਕਰਾਂਗੇ ਜ਼ਰੂਰ ਕਿਉਂਕਿ ਪ੍ਰਾਤਨ ਸਮੇਂ ਵਿੱਚ ਅੱਜ ਕੱਲ ਜੋ ਲੋਕ ਸੋਚਦੇ ਨੇ ਕਿ ਪੁਰਾਣੇ ਸਮੇਂ ਦੇ ਵਿੱਚ ਤੇ ਜੰਗਾ ਜੁੱਦਾਂ ਦੀ ਗੱਲ ਹੀ ਜੀ ਮੁਗਲ ਰਾਜ ਸੀ ਤੇ ਉਦੋਂ ਤੇ ਨਗਾ ਸਿੰਘਾਂ ਫੌਜਾਂ ਦੀ ਲੋੜ ਸੀ ਤੇ ਅੱਜ ਕੱਲ ਕੀ ਲੋੜ ਹੈ ਲੋਕ ਘੋੜਿਆਂ ਤੇ ਅੱਜ ਵੀ ਚੜੇ ਫਿਰਦੇ ਅੱਜ ਵੀ ਸ਼ਸਤਰ ਰੱਖਦੇ ਕਈ ਲੋਕ ਗੱਲਾਂ ਕਰਦੇ ਇਸ ਤਰ੍ਹਾਂ ਦੀਆਂ ਉਹਨਾਂ ਬਾਰੇ ਕੀ ਕਹੋਗੇ ਵੀ ਅੱਜ ਨਗਾ ਸਿੰਘਾਂ ਦੀ ਕਿਉਂ ਲੋੜ ਹੈ ਇਦਾਂ ਜੀ ਇਹ ਜਿਹੜੀ ਅਕਾਲੀ ਫੌਜ ਹੈ ਨਾ ਇਹ ਅਕਾਲ ਪੁਰਖ ਵੈਗੁਰੂ ਦੀ ਸਾਜੀ ਇਸੇ ਕਰਕੇ ਅਕਾਲੀ ਸਿੰਘ ਇਹਨਾਂ ਨੂੰ ਆਖਿਆ ਜਾਂਦਾ ਜੀ ਤੇ ਅਕਾਲ ਸਦਾ ਰਹਿਣ ਵਾਲਾ ਜੀ ਅਕਾਲ ਸਦਾ ਵਾਸਤੇ ਸਥਿਰ ਰਹਿਣ ਵਾਲਾ ਹੈ ਕਦੇ ਵੀ ਚਲਾਇ ਮਾਨ ਨਹੀਂ ਹੁਣ ਜੀ ਜੀ ਇਸੇ ਕਰਕੇ ਇਹ ਜਿਹੜੀਆਂ ਫੌਜਾਂ ਅਕਾਲੀ ਨਿਹੰਗ ਸਿੰਘ ਫੌਜਾਂ ਇਹ ਸਮੇਂ ਦੇ ਨਾਲ ਨਹੀਂ ਬਦਲਦੀ ਆਪਣੀ ਮਰਿਆਦਾ ਹੂੰ ਹੂੰ ਇਹ ਸਮੇਂ ਦੇ ਨਾਲ ਨਹੀਂ ਬਦਲਦੇ ਇਹ ਇਸੇ ਕਰਕੇ ਤਾਂ ਦੁਨੀਆ ਦੇ ਨਾਲੋਂ ਨਿਆਰੇ ਦੁਨੀਆ ਦੇ ਲੋਕ ਸਮੇਂ ਦੇ ਨਾਲ ਬਦਲ ਜਾਂਦੇ ਆ ਆਪਣਾ ਆਪਣੀ ਰਫਤਾਰ ਵੀ ਆਪਣੀ ਗੁਫਤਾਰ ਵੀ ਤੇ ਦਸਤਾਰ ਵੀ ਬਦਲ ਲਈ ਇਹ ਜਿਹੜੀ ਦਸਤਾਰ ਹੈ ਇਹ ਆਜ਼ਾਦੀ ਦੀ ਗੁਰੂ ਕੇ ਸਿੱਖਾਂ ਦੀ ਚੜਦੀ ਕਲਾ ਦੀ ਜਿਵੇਂ ਮੈਂ ਪਹਿਲਾਂ ਬੇਨਤੀ ਕੀਤੀ ਵੀ ਜਿਹੜੇ ਲੋਕ ਜਿਹੜੇ ਰਾਜੇ ਲੋਕ ਸਨ ਉਹ ਆਗਿਆ ਨਹੀਂ ਸੀ ਦਿੰਦੇ ਮੁਕਤ ਸਜਾਉਣ ਦੀ ਇਹ ਇਹ ਸਿਰਾਂ ਦੇ ਤਾਜ ਕਲਗੀ ਤਰ ਪਾਤਸ਼ਾਹ ਨੇ ਗੁਰੂ ਕੇ ਸਿੱਖਾਂ ਨੂੰ ਬਖਸ਼ਿਸ਼ ਕੀਤੇ ਤੇ ਇਹ ਜਦੋਂ ਅੰਗਰੇਜ਼ ਰਾਜ ਆਇਆ ਜਿਹੜੀ ਦਸਤਾਰ ਤੁਸੀਂ ਸਜਾਈ ਹੈ ਨਾ ਇਹਨੂੰ 150 ਵਾਲੀ ਦਸਤਾਰ ਜਾਣਾ 50 50 50 ਅੱਧੀ 100% ਨਾਲ ਸਾਰਾ ਜੀ ਬਈ ਅੱਧੀ ਦਸਤਾਰ ਜਿਹੜੇ ਸਜਾਉਂਦੇ ਸੀ ਉਹ ਮਾਰਾਂ ਤੋਂ ਵੱਜ ਜਾਂਦੇ ਸੀ ਗੁਰੂ ਕੇ ਖਾਲਸੇ ਕੋਈ ਪ੍ਰਵਾਹ ਨਹੀਂ ਸੀ ਕਰਦੇ ਇਸੇ ਤਰ੍ਹਾਂ ਦਸਤਾਰ ਸਜਾ ਕੇ ਰੱਖਦੇ ਸੀ ਉਹ ਇਸ ਕਰਕੇ ਇਹ ਉਹਨਾਂ ਸਮਿਆਂ ਦੇ ਵਿੱਚ ਵੀ ਇੰਨਾ ਕਠਿਨਾਈਆਂ ਭਰਿਆ ਸਮਾਂ ਆਇਆ ਉਦੋਂ ਵੀ ਕਿਸੇ ਤਰ੍ਹਾਂ ਗੁਰੂ ਕੇ ਖਾਲਸੇ ਨੇ ਆਪਣੀ ਮਰਿਆਦਾ ਦੇ ਵਿੱਚ ਕੋਈ ਫਰਕ ਨਹੀਂ ਪੈਣ ਦਿੱਤਾ ਜਿਹੜੇ ਕਹਿੰਦੇ ਵੀ ਅੱਜ ਕੀ ਲੋੜ ਹੈ ਹੁਣ ਵੇਖੋ ਤਰ੍ਹਾਂ ਤਰ੍ਹਾਂ ਦੀਆਂ ਜਿਹੜੀਆਂ ਬਿਮਾਰੀਆਂ ਕਰੋਨਾ ਕਾਲ ਆਇਆ ਇਹਦੇ ਵਿੱਚ ਸਾਰੀਆਂ ਦੁਕਾਨਾਂ ਸਾਰੀ ਮਾਰਕੀਟਿੰਗ ਔਰ ਸਾਰੀ ਜਿਹੜੀ ਦੁਨੀਆ ਦੀ ਰਫਤਾਰ ਪੂਰੀ ਤਰ੍ਹਾਂ ਦੇ ਨਾਲ ਰੁਕ ਗਈ ਜੀ ਜੀ ਹੁਣ ਜਿਹੜਾ ਨਿਹੰਗ ਸਿੰਘਾਂ ਦੇ ਵਿੱਚ ਮਰਿਆਦਾ ਹੈ ਉਹ ਨਹੀਂ ਰੁਕੀ ਹਾਂ ਉਹ ਕਿਵੇਂ ਨਹੀਂ ਰੁਕੀ ਕਿ ਹੁਣ ਬਹੁਤ ਪਿਛੇ ਸੁਣਨ ਨੂੰ ਮਿਲੀਆਂ ਇਹੋ ਜੀਆਂ ਗੱਲਾਂ ਵੀ ਹੁਣ ਸਾਬਣ ਆ ਗਏ ਰੇਤਾ ਦੀ ਵਰਤੋਂ ਸਿੰਘ ਕਰਦੇ ਹੁਣ ਕੀ ਲੋੜ ਹੈ ਜਿਵੇਂ ਤੁਸੀਂ ਸਵਾਲ ਕੀਤਾ ਵੀ ਅੱਜ ਦੇ ਸਮੇਂ ਦੇ ਵਿੱਚ ਜਦੋਂ ਸਾਬਣ ਆਉਣਾ ਬੰਦ ਹੋ ਗਿਆ ਸਾਬ ਰੇਤਾ ਤਾਂ ਉਦੋਂ ਵੀ ਚੱਲ ਰਹੀ ਸੀ ਬਿਲਕੁਲ ਤੋਂ ਰੇਤਾ ਇੱਕ ਇੱਕ ਤਰ੍ਹਾਂ ਦਾ ਸਿੰਘਾਂ ਦਾ ਪੱਕਾ ਹੀ ਸੈਨੀਟਾਈਜ਼ਰ ਹੈ ਇਹ ਹਾਂ ਇਹ ਸਦਾ ਹੀ ਵਰਤੋਂ ਦੇ ਵਿੱਚ ਆਉਣ ਵਾਲਾ ਇੱਕ ਕੁਦਰਤੀ ਸਰੋਤ ਹੈ ਜੇ ਸਿੰਘਾਂ ਨੇ ਘੋੜੇ ਰੱਖੇ ਤੇ ਇੱਕ ਦਿਨ ਐਸਾ ਵੀ ਆਊਗਾ ਜਦੋਂ ਇਹ ਜਿਹੜੇ ਸਰੋਤ ਪੈਟਰੋਲ ਡੀਜ਼ਲ ਵਗੈਰਾ ਇਹ ਨਹੀਂ ਮਿਲਣਗੇ ਤੇ ਘੋੜੇ ਤਾਂ ਉਦੋਂ ਵੀ ਸਿੰਘਾਂ ਦੇ ਕੋਲੇ ਹੋਣਗੇ ਫਿਰ ਗੁਰੂਕੇ ਸਿੰਘ ਇੱਕ ਆਜ਼ਾਦ ਕੌਮ ਹੈ ਤੇ ਜਦੋਂ ਜਿਹੜਾ ਟੈਕਸ ਦੇ ਰਿਆ ਹੈ ਉਹ ਆਜ਼ਾਦ ਨਹੀਂ ਬਿਲਕੁਲ ਜਿਹੜਾ ਵੀ ਟੈਕਸ ਦੇ ਰਿਹਾ ਹੈ ਨਾ ਉਹ ਗੁਲਾਮ ਹੈ ਬਿਲਕੁਲ ਅਸੀਂ ਤਾਂ ਟੈਕਸ ਲੈਂਦੇ ਰਹੇ ਬਾਬਾ ਬੋਤਾ ਸਿੰਘ ਗਰਜਾ ਸਿੰਘ ਦਾ ਮੈਂ ਆਪ ਜੀ ਦੇ ਚੈਨਲ ਤੋਂ ਸੁਣ ਰਿਹਾ ਸੀ ਬਿਲਕੁਲ ਉਹਨਾਂ ਗੁਰੂ ਕੇ ਸਿੱਖਾਂ ਨੇ ਉਹਨਾਂ ਸਮਿਆਂ ਦੇ ਵਿੱਚ ਸਮੇਂ ਦੇ ਹਾਕਮ ਖਮਾਉਣ ਵਾਲੇ ਮੁਗਲਾਂ ਦੇ ਕੋਲੋਂ ਵੀ ਟੈਕਸ ਵਸੂਲੇ ਹੂੰ ਤਾਂ ਸਿੰਘ ਟੈਕਸ ਨਹੀਂ ਦਿੰਦੇ ਹੂੰ ਤੇ ਜੇ ਗੱਡੀਆਂ ਮੋਟਰਾਂ ਤੇ ਟੋਲ ਪਲਾਜ਼ਿਆਂ ਦੇ ਲੰਘਦੇ ਉਹ ਸਿੰਘ ਤਾਂ ਤਾਂ ਵੀ ਨਹੀਂ ਦਿੰਦੇ ਪਰ ਫਿਰ ਉਹ ਉਹਨਾਂ ਤੋਂ ਗੱਡੀਆਂ ਵਾਲਿਆਂ ਤੋਂ ਤਾਂ ਲੈਂਦੇ ਆ ਤੇ ਸਿੰਘ ਅੱਜ ਵੀ ਵੱਡੀਆਂ ਸੜਕਾਂ ਰੋੜਾਂ ਦੇ ਉੱਪਰ ਉਸੇ ਤਰ੍ਹਾਂ ਹੀ ਕੋੜੇ ਜਿਕਾਰੇ एग्जाम ਦੇ ਲੰਘ ਜਾਂਦੇ। ਹੂੰ। ਤਾਂ ਨਿਹੰਗ ਸਿੰਘਾਂ ਦੀ ਸਭ ਤੋਂ ਵੱਡੀ ਦੇਣ ਤਾਂ ਅਜੋਕੇ ਸਮੇਂ ਦੇ ਵਿੱਚ ਇਹ ਹੈ ਕਿ ਗੁਰੂ ਕੇ ਜਿਹੜੇ ਸਿੰਘ ਆ ਗੁਰੂਆਂ ਫੌਜਾਂ ਲੜ ਲੀਆਂ। ਹੂੰ। ਇਹਨਾਂ ਨੇ 350 ਸਾਲ ਤੋਂ ਜਿਹੜਾ ਪੁਰਾਣਾ ਇਤਿਹਾਸ ਹੂੰ ਉਹ ਸੰਭ ਕੇ ਰੱਖਿਆ ਪ੍ਰੈਕਟੀਕਲ ਜੀ ਸਾਡੇ ਅੰਦਰ ਪੈਦਾ ਹੋਏ ਨਵੇਂ-ਨਵੇਂ ਫਲਾਸਪਰਾਨ ਨੇ, ਨਵੇਂ-ਨਵੇਂ ਪ੍ਰੋਫੈਸਰਾਂ ਨੇ ਹੂੰ ਇਨਾ ਕਿੰਤੂ ਪਰੰਤੂ ਸਾਡੀ ਆਉਣ ਵਾਲੀ ਜਨਰੇਸ਼ਨ ਦੇ ਵਿੱਚ ਭਰ ਦਿੱਤਾ ਵੀ ਉਹਨਾਂ ਨੇ ਜਿਹੜਾ ਇਤਿਹਾਸ ਲਿਖਿਆ ਹੋਇਆ ਨਾ ਸਾਡੇ ਪ੍ਰਾਤਨ ਗ੍ਰੰਥਾਂ ਦੇ ਵਿੱਚ ਭਾਈ ਸਾਹਿਬ ਉਹਨਾਂ ਨੇ ਨਹੀਂ ਮੰਨਣਾ ਹੂੰ ਉਹਨਾਂ ਨੇ ਆਖਣਾ ਵੀ ਉਹ ਕਿਹੋ ਜਿਹੇ ਹੋਣਗੇ ਜਿਹੜੇ ਐਡੀਆਂ ਐਡੀਆਂ ਦਸਤਾਰਾਂ ਸਿਰਾਂ ਤੇ ਸਜਾਉਂਦੇ ਸੀ ਜਿਹੜੇ ਚਟੰਗੇ ਝਟਕਾ ਝਟਕਾ ਕੇ ਜੰਗਲਾਂ ਬੇਲਿਆਂ ਦੇ ਵਿੱਚ ਜਦੋਂ ਮਿਲਦਾ ਕੋਈ ਨਹੀਂ ਸੀ ਛਕ ਜਾਂਦੇ ਸੀ ਉਹ ਕਿਵੇਂ ਛਕ ਜਾਂਦੇ ਸੀ ਕਿਵੇਂ ਬਾਹਰ ਕਰਦੇ ਸੀ ਕਿਵੇਂ ਇੰਨਾ ਇੰਨਾ ਲੋਹਾ ਸ਼ਸਤਰ ਆਪਣੇ ਕੋਲੇ ਚੁੱਕੀ ਫਿਰਦੇ ਸੀ ਕਿਵੇਂ ਘੋੜਿਆਂ ਤੇ ਰਹਿੰਦੇ ਸੀ ਤੰਬੂ ਕਿਵੇਂ ਲਾਉਂਦੇ ਸੀ ਉਹਨਾਂ ਕਹਣਾ ਵੀ ਅਸੀਂ ਨਹੀਂ ਮੰਨਦੇ ਓ ਕਿਹੋ ਜੇ ਸੀ ਬਿਲਕੁਲ ਸਰ ਬਲੋਹ ਦੇ ਏਡੇ ਏਡੇ ਵਰਤਨ ਕਿਵੇਂ ਮਾਜਦੇ ਸੀ ਜੋ ਇਤਿਹਾਸ ਦੇ ਵਿੱਚ ਲਿਖਿਆ ਮਿਲਦਾ ਹੈ ਸਹੀ ਹੈ ਜੇ ਕੋਈ ਪ੍ਰੈਕਟੀਕਲੀ ਅਸੀਂ ਉਂਗਲ ਕਰਕੇ ਦਰਸਾ ਸਕਦੇ ਜੇ ਸਾਨੂੰ ਕੋਈ ਪੁੱਛੇ ਵੀ ਪ੍ਰੈਕਟੀਕਲ ਦਿਖਾਓ ਅਸੀਂ ਨਹੀਂ ਥਿਊਰੀ ਨੂੰ ਮੰਨਦੇ ਵੀ ਉਹ ਕਿਹੋ ਜੇ ਸਿੰਘ ਸੀ ਕਿਹੋ ਜਿਹਾ ਉਹਨਾਂ ਦਾ ਲਿਬਾਸ ਉਹਨਾਂ ਦੇ ਬੋਲ ਕਿਹੋ ਜੇ ਸੀ ਬੋਲੇ ਉਹਨਾਂ ਦੇ ਉਹ ਸ਼ਸਤਰਤਾਰੀ ਉਹਨਾਂ ਦੀ ਦਿਖ ਕਿਹੋ ਜੀ ਸੀ ਜੇ ਪ੍ਰੈਕਟੀਕਲੀ ਅਸੀਂ ਦਿਖਾ ਸਕਦੇ ਹਾਂ ਨਾ ਉਹ ਸਾਡੇ ਕੋਲੇ ਕੌਮ ਦੇ ਵਿੱਚ ਦੱਸੋ ਉਹ ਕਿਹੜਾ ਪੱਕ ਕਿੱਥੇ ਹੈ ਉਸ ਆਪਣੇ ਕੋਲੇ ਜਿਹੜਾ ਆਪਾਂ ਦੱਸਾਂਗੇ ਵੀ ਇਹੋ ਜੀਆਂ ਫੌਜਾਂ ਸੀ ਕਲਗੀਧਰ ਪਾਤਸ਼ਾਹ ਦੀ ਜੀ ਜੀ ਉਹ ਨਿਹੰਗ ਸਿੰਘ ਫੌਜਾਂ ਨਹੀਂ ਉਹ ਜਿਹੜਾ ਸਦੀਆਂ ਪੁਰਾਣਾ ਇਤਿਹਾਸ ਅੱਜ ਵੀ ਗੁਰੂਕੇ ਸਿੰਘ ਸੋ ਜੇਠਾੜ ਦੀਆਂ ਧੁੱਪਾਂ ਦੇ ਵਿੱਚ ਕਈ-ਕਈ ਕਿਲੋਮੀਟਰ ਘੋੜਿਆਂ ਤੇ ਚਾਲੇ ਦੇ ਵਿੱਚ ਜਾਂਦੇ ਨੇ ਔਰ ਇਸੇ ਤਰ੍ਹਾਂ ਮੀਆਂ ਦੇ ਵਿੱਚ ਪਾਰਸ਼ਾਂ ਦੇ ਵਿੱਚ ਤੇ ਭਾਵੇਂ ਕੋ ਮਾਗਦੇ ਦੇਣ ਹੁਣ ਸਿਆਲ ਦੇ ਤਾਂ ਵੀ ਉਹ ਠੰਡੀਆਂ ਰਾਤਾਂ ਵੀ ਤੰਬੂ ਲਾ ਕੇ ਦੇ ਨਿੱਧਰੇ ਹੀ ਕੱਟਦੇ ਨੇ ਅੱਜ ਵੀ ਇੰਨੀ ਇੰਨੀ ਬਾਣੀਆਂ ਅੱਜ ਤਾਂ ਵੇਖੋ ਕਿੰਨੀ ਕਿੰਨੀ ਕਟੌਤੀ ਕਰ ਦਿੱਤੀ ਸੋ ਪਤਾ ਨਹੀਂ ਕਿੱਥੋਂ ਇਹ ਮਰਿਆਦਾ ਲਿਆਂਦੀ ਗਈ ਮੂਲ ਮੰਤਰ ਦੇ ਵਿੱਚ ਵੀ ਕਟੌਤੀ ਇਸੇ ਤਰ੍ਹਾਂ ਸੋ ਪਿੱਛੇ ਜੇ ਨਿਤਨੇਮ ਬਾਣੀਆਂ ਦੇ ਵਿੱਚ ਵੀ ਆਖਿਆ ਗਿਆ ਵੀ ਜਪਜੀ ਸਾਹਿਬ ਜਾਪ ਦੇ ਇਹ ਸਵਈਏ ਪੜ ਲਓ ਤੇ ਬਾਕੀ ਚੌਪਈ ਸਾਹਿਬ ਅਨੰਦ ਸਾਹਿਬ ਰਹਿਰਾਸ ਸਾਹਿਬ ਦੇ ਵਿੱਚ ਆ ਜਾਂਦਾ ਰਹਿਰਾਸ ਸਾਹਿਬ ਦੇ ਵਿੱਚ ਤਾਂ ਪੰਜ ਪੌੜੀਆਂ ਆਉਂਦਾ ਇੱਕ ਉਹ ਤਾਂ ਇੱਕ ਵੱਖਰਾ ਨਿਤਨੇਮ ਹੈ ਸੰਧਿਆ ਦੇ ਸਮੇਂ ਦਾ ਜੀ ਤੋਂ ਗੁਰੂ ਕੇ ਸਿੰਘਾਂ ਦੇ ਨਿਤਨੇਮ ਦੇ ਗੁੜਕੇ ਸਾਹਿਬ ਨਿਹੰਗ ਸਿੰਘਾਂ ਦੇ ਜਦੋਂ ਆਪਾਂ ਵੇਖਦੇ ਹਾਂ ਪ੍ਰਾਤਨ ਸਿੰਘਾਂ ਦੇ ਤੇ ਅੱਜ ਵੀ ਕਈ ਹੱਥ ਲਿਖਤ ਗੁੜਕੇ ਸਾਹਿਬ ਜਿਨ੍ਹਾਂ ਬਾਬਾ ਦੀਪ ਸਿੰਘ ਸਾਹਿਬ ਜੀ ਉਹਨਾਂ ਦੇ ਸ਼ਸਤਰਾਂ ਦੇ ਉੱਪਰ ਲਿਖੀ ਹੋਈ ਬਾਣੀ ਜੀ ਤੋਂ ਪੰਜ ਬਾਣੀਆਂ ਤੋਂ ਇਲਾਵਾ ਅਕਾਲ ਉਸਤਤ ਚੰਡੀ ਦੀ ਵਾਰ ਸੁਖਮਣੀ ਸਾਹਿਬ ਦਖਣੀ ਓੰਕਾਰ ਸਿਦ ਗੋਸ਼ ਲਾਮਾ ਦਾ ਪਾਠ 12 ਮਾਂ ਦਾ 33 ਬਈਏ ਸ਼ਬਦ ਜਾਰੇ 10ਵੇਂ ਪਾਤਸ਼ਾਹ ਦੀ ਬਾਣੀ ਇਹ ਕਿੰਨੀ ਕਿੰਨੀ ਬਾਣੀ ਗੁਰੂ ਕੇ ਸਿੰਘ ਉਦੋਂ ਪੜਿਆ ਕਰਦੇ ਸੀ ਤੇ ਜੇ ਇਹ ਅੱਜ ਮਰਿਆਦਾ ਜੇ ਕਿਸੇ ਨੇ ਸੰਭੀ ਹੈ ਤੇ ਇਹ ਨਿਆਂਗ ਸਿੰਘ ਫੌਜਾਂ ਨੇ ਸੰਭੀ ਹੈ ਅੱਜ ਵੀ 12:30 ਵਜੇ ਜਕਾਰਾ ਗਜਾਇਆ ਜਾਂਦਾ ਦਲਾਂ ਸਾਰੇ ਦਲਾਂ ਪੰਥਾਂ ਦੇ ਵਿੱਚ ਜੀ ਸ਼੍ਰੋਮਣੀ ਪੰਥ ਅਕਾਲੀ ਵੱਡਾ ਅਦਾਲਤ ਤਰਨਾ ਦਲ ਬਾਬਾ ਬਿਧੀ ਚੰਦ ਸਾਹਿਬ ਜੀ ਹਰੀਆਂ ਬੇਲਾਂ ਜਿੰਨੇ ਵੀ ਰੰਗਰੇਟੇ ਗੁਰੂ ਕੇ ਬੇਟੇ ਜਿੰਨੀਆਂ ਵੀ ਫੌਜਾਂ ਇਹ ਇਹ ਅੱਜ ਵੀ ਉਹ ਮਰਿਆਦਾ ਭਾਈ ਸਾਹਿਬ ਜਿਹੜੀ ਗੁਰੂ ਕੇ ਸਮੇਂ ਸਿੰਘ ਜਿਹੜੇ ਧਾਰਨ ਕਰਕੇ ਰੱਖਦੇ ਸੀ ਸ਼ਸਤਰ ਧਾਰੀ ਸਰਬ ਲੋ ਮਰਿਆਦਾ ਬਾਣੀ ਪੜਨ ਦੀ ਮਰਿਆਦਾ ਜੀ ਇਹ ਸਾਨੂੰ ਪ੍ਰੈਕਟੀਕਲੀ ਕਿੱਥੋਂ ਮਿਲੇਗੀ ਜਿਹੜੇ ਕਹਿੰਦੇ ਵੀ ਅੱਜ ਨਹੀਂ ਸੀ ਲੋੜ ਅੱਜ ਸਭ ਤੋਂ ਵੱਡੀ ਲੋੜ ਇਹੀ ਹੈ ਵੀ ਸਭ ਦੁਨੀਆ ਦੇ ਜਿਹੜਾ ਮਾਇਆ ਮੋਹ ਦੇ ਵਿੱਚ ਗਰਸੇ ਹੋਏ ਲੋਕ ਇਹੋ ਜੇ ਸੋ ਖੁਦ ਗਰਜੀ ਵਾਲੇ ਸਮੇਂ ਦੇ ਵਿੱਚ ਵੀ ਇਹ ਆਪਣੇ ਘਰਾਂ ਪਰਿਵਾਰਾਂ ਨੂੰ ਛੱਡ ਕੇ ਨਿਰਮੋਹ ਮੋਹ ਤੋਂ ਰਹਿਤ ਹੋ ਕੇ ਗੁਰੂ ਕੇ ਰਾਖੀਆਂ ਦੀ ਲਿੱਧ ਟਾਰੇ ਨੇ ਦੇ ਗੁਰੂ ਕੇ ਮੱਦਲ ਪੰਥ ਦੇ ਵਿੱਚ ਬਿਨਾ ਕਿਸੇ ਕਾਮਨਾ ਤੋਂ ਨਿਸ਼ਕਾਮ ਹੋ ਕੇ ਪਿੰਡ ਪਿੰਡ ਸ਼ਹਿਰ ਸ਼ਹਿਰ ਵਿੱਚ ਰ ਕੇ ਸਿੱਖੀ ਦਾ ਹੋਕਾ ਦੇ ਰਹੇ ਨੇ ਅੰਮ੍ਰਿਤ ਸੰਚਾਰ ਕਰ ਰਹੇ ਨੇ ਸਿੱਖੀ ਪ੍ਰਚਾਰ ਕਰ ਰਹੇ ਨੇ ਇਦੋਂ ਵੱਧ ਤੁਹਾਨੂੰ ਕੀ ਦੇਣ ਨਿਆਂਗ ਸਿੰਘਾਂ ਦੀ ਹੋ ਸਕਦੀ ਹੈ ਨਿਆਂਗ ਸਿੰਘ ਦਲਾਂ ਪੰਥਾਂ ਦੇ ਜਿੱਥੇ ਜਿੱਥੇ ਹੈਡ ਕੁਆਟਰ ਹੈ ਉਥੋਂ ਉਥੋਂ ਪੰਥ ਦੀ ਬਹੁਤ ਵੱਡੀ ਸੇਵਾ ਛੋਟੇ ਛੋਟੇ ਬੱਚਿਆਂ ਨੂੰ ਵਿਦਿਆਰਥੀਆਂ ਨੂੰ ਦਲਬਾਬਾ ਵਿਧੀ ਚੰਸਾ ਵੱਲੋਂ ਦਲਪੰਥ ਦੇ ਬਾਅਦਵੇਂ ਮੁਖੀ ਜਥੇਦਾਰ ਸ਼੍ਰੀਮਾਨ ਸੰਤ ਬਾਬਾ ਅਵਤਾਰ ਸਿੰਘ ਸਾਹਿਬ ਜੀ ਮਹਾਂਪੁਰਖਾਂ ਵੱਲੋਂ ਉਹਨਾਂ ਦਾ ਭਵਿੱਖ ਸਵਾਰਨ ਵਾਸਤੇ ਹੁਣ ਪ੍ਰਾਰਥਨ ਰਵੈਤਾ ਤੰਤੀ ਸਾਹਿਬ ਤੇ ਨਾਲ ਕੀਰਤਨ ਕਰਦੇ ਸੀ ਜਿਹੜੇ ਪ੍ਰਾਣੇ ਰਾਗੀ ਸਿੰਘ ਸੀ ਤੰਤੀ ਸਾਜ਼ ਗਾਇਬ ਹੁੰਦੇ ਜਾ ਰਹੇ ਸੀ ਹੁਣ ਮਹਾਂਪੁਰਖਾਂ ਵੱਲੋਂ ਤੰਤੀ ਸਾਜ਼ਾਂ ਦੀ ਸਖਲਾਈ ਸੋ ਦਸਵੇਂ ਪਾਤਸ਼ਾਹ ਦੀ ਬਾਣੀ ਸਰਬਲੋਹ ਦੀ ਬਾਣੀ ਦਾ ਇਹ ਕੌਣ ਪ੍ਰਚਾਰ ਕਰਦਾ ਜੇ ਦਲਪੰਥੀ ਨਿਆਂਗ ਸਿੰਘ ਫਵਜਾ ਨਾਮ ਦੀਆਂ ਜੀ ਜੀ ਤੇ ਇਹ ਬਹੁਤ ਵੱਡਾ ਚੈਪਟਰ ਹੈ ਆਪਾਂ ਗਿਣ ਨਹੀਂ ਸਕਦੇ ਵੀ ਨਿਆਂਗ ਸਿੰਘ ਜੋ ਕੇ ਸਮੇਂ ਦੇ ਵਿੱਚ ਕੀ ਦੇਣ ਦੇ ਰਹੇ ਨੇ ਬਿਲਕੁਲ ਬਿਲਕੁਲ ਫਿਰ ਮੈਂ ਇੱਕ ਹੋਰ ਗੱਲ ਜ਼ਰੂਰ ਸਾਂਝੀ ਕਰਨਾ ਚਾਹੁੰਦਾ ਜੀ ਮਾਨਯੋਗ ਸਤਕਾਰਯੋਗ ਅਕਾਲ ਤਖਤ ਸਾਹਿਬ ਜੀ ਦੀ ਮਰਿਆਦਾ ਦੀ ਇੱਕ ਕਾਪੀ ਛਪਦੀ ਹੈ ਬ੍ਰਹਿਤ ਮਰਿਆਦਾ ਹੂੰ ਉਹਦੇ ਵਿੱਚ ਦੋ ਪ੍ਰਕਾਰ ਦੀ ਰਹਿਣੀ ਦੱਸੀ ਗਈ ਸ਼ਖਸੀ ਰਹਿਣੀ ਤੇ ਪੰਥਕ ਰਹਿਣੀ ਹੂੰ ਸ਼ਖਸੀ ਰਹਿਣੀ ਦਾ ਇੱਕ ਸ਼ਖਸੀਅਤ ਤੌਰ ਤੇ ਜਿਵੇਂ ਆਪਾਂ ਸਾਰੇ ਸਿੱਖ ਤੁਸੀਂ ਵੀ ਅੰਮ੍ਰਿਤ ਛਕਿਆ ਸਾਡੇ ਪਰਿਵਾਰ ਨੇ ਵੀ ਕਰਦੇ ਮੈਂਬਰਾਂ ਨੇ ਛਕਿਆ ਜਾਨਾ ਆਪਾਂ ਪਰਿਵਾਰ ਦੇ ਵਿੱਚ ਰਹਿੰਦੇ ਹਾਂ ਨਾਲ ਖੇਤੀਬਾੜੀ ਹੋਰ ਕਾਰੋਬਾਰ ਜਾਮਾਂ ਸ਼ਾਦੀਆਂ ਤੇ ਵੀ ਜਾਣਾ ਪੈਂਦਾ ਹੈ ਤਾਂ ਉਸ ਪ੍ਰਕਾਰ ਜਿਹੜਾ ਆਪਾਂ ਸਰਬਲੋਹ ਦੀ ਮਰਿਆਦਾ ਜਿਸ ਤਰ੍ਹਾਂ ਸਨਦ ਬੱਧ ਹੋ ਕੇ ਸ਼ਸਤਰਧਾਰੀ ਹੋ ਕੇ 24 ਘੰਟੇ ਰਹਿਣਾ ਜੋ ਪੂਰਨ ਤੌਰ ਤੇ ਖਾਲਸਾ ਜੀ ਮਰਿਆਦਾ ਰੱਖਣੀ ਉਹ ਨਹੀਂ ਰੱਖ ਸਕਦੇ ਉਹ ਸ਼ਖਸੀ ਰਹਿਣੀ ਦੇ ਵਾਸਤੇ ਬਾਤ ਨਹੀਂ ਰਹਿ ਗਈ ਹੁਣ ਜੀ ਪਹਿਲੇ ਸਿੱਖ ਘਰਾਂ ਦੇ ਵਿੱਚ ਰਹਿੰਦੇ ਵੀ ਉਹ ਤਿਆਰ ਵਰ ਤਿਆਰ ਉਸੇ ਤਰ੍ਹਾਂ ਰਹਿੰਦੇ ਸੀ ਪਰ ਹੁਣ ਕੁਝ ਢਿੱਲਾ ਆ ਰਹੀਆਂ ਗੁਰੂ ਸਾਹਿਬ ਸਮਤ ਬਖਸ਼ਣ ਸਾਨੂੰ ਪਰ ਜਿਹੜੀ ਪੰਥਕ ਰਹਿਣੀ ਹੈ ਹੂੰ ਉਦਾਂ ਅਕਾਲ ਤਖਤ ਸਾਹਿਬ ਦੀ ਮਰਿਆਦਾ ਦੀ ਕਾਪੀ ਵਿੱਚ ਲਿਖਿਆ ਉਹ ਤਾਂ ਕੋਈ ਨਿਹੰਗ ਸਿੰਘਾਂ ਵੱਖਰੀ ਨਹੀਂ ਛਾਪੀ ਜੀ 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 ਬਿਲਕੁਲ ਤੇ ਜੇ ਅਸੀਂ ਇਹ ਸਵਾਲ ਕਰੀਏ ਵੀ ਉਹ ਪੰਥਕ ਰਹਿਣੀ ਪੰਥ ਦੇ ਕਿਹੜੇ ਤਬਕੇ ਦੇ ਵਿੱਚੋਂ ਲੱਭੋਗੇ ਹੂੰ ਹੂੰ ਉਹ ਕੇਵਲ ਨਿਹੰਗ ਸਿੰਘਾਂ ਦੇ ਵਿੱਚੋਂ ਹੀ ਤੁਹਾਨੂੰ ਮਿਲ ਸਕਦੀ ਵੀ ਪੰਥ ਦੇ ਵਿੱਚ ਸਿੰਘ ਕਲਗੀ ਤਰ ਪਾਤਸ਼ਾਹ ਦੇ ਪੰਥਕ ਜਿਹੜੀਆਂ ਫੌਜਾਂ ਸੀ ਉਹ ਕਿਵੇਂ ਰਹਿੰਦੀਆਂ ਸੀ ਜੇ ਪੰਥਕ ਰਹਿਣੀ ਦਾ ਸਬੂਤ ਆਪਾਂ ਕੋਈ ਦੇ ਸਕਦੇ ਹਾਂ ਨਾ ਕੌਮ ਅੰਦਰ ਜੀ ਸੰਸਾਰ ਅੰਦਰ ਤੇ ਉਹ ਨਿਹੰਗ ਸਿੰਘਾਂ ਦੀ ਇਹ ਜਿਹੜੀ ਮਰਿਆਦਾ ਹੈ ਇਹਦੇ ਵਿੱਚੋਂ ਹੀ ਪਾਇਆ ਜਾਸ ਹਾਂਜੀ ਸੋ ਇਹ ਸਨ ਸਰਦਾਰ ਗੁਰਜੰਟ ਸਿੰਘ ਜੀ ਜਿਨ੍ਹਾਂ ਨੇ ਸਾਨੂੰ ਅੱਜ ਬਹੁਤ ਹੀ ਤਰਤੀਬ ਵਾਇਕ ਸਿੱਖ ਕੌਮ ਅਲੱਗ ਕੌਮ ਕਿਵੇਂ ਹੈ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ ਸਾਡਾ ਇਹ ਪ੍ਰੋਗਰਾਮ ਤੁਹਾਨੂੰ ਕਿਵੇਂ ਚੰਗਾ ਲੱਗਿਆ ਕਮੈਂਟ ਕਰਕੇ ਜਰੂਰ ਦੱਸਣਾ ਜੁੜੇ ਰਹੋ ਸੁਰਖਾਪ ਟੀਵੀ ਕੈਮਰਾਮੈਨ ਹਰਜਿੰਦਰ ਸਿੰਘ ਦੇ ਨਾਲ ਮੈਂ ਆਪਣਾ ਗੁਰदयाल ਸਿੰਘ ਤਰਨਤਾਰਨ ਧੰਨਵਾਦ